ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਪ੍ਰੋਗਰਾਮ ਡਾਇਲੌਗ ਵਿਦ ਹਮੀਰ ਸਿੰਘ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਵੈਸੇ ਤਾਂ ਪੰਜਾਬ ਦੀ ਹੋਂਦ ਨਾਲ ਜੁੜਿਆ ਮੁੱਦਾ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਵਿਰਾਸਤ ਨਾਲ ਸਭ ਤੋਂ ਮਹੱਤਵਪੂਰਨ ਮੁੱਦਾ ਪਰ ਬਹੁਤੀ ਵਾਰੀ ਇਹ ਮੁੱਦਾ ਮਤਲਬ ਟੀਵੀ ਪਲੇਟਫਾਰਮਾਂ ਤੋਂ ਅਖਬਾਰਾਂ ਚੋਂ ਤੇ ਆਲੇ ਦੁਆਲੇ ਗਾਇਬ ਹੁੰਦਾ ਜ਼ਿਆਦਾਤਰ ਉਨੀ ਗੱਲ ਹੁੰਦੀ ਨਹੀਂ ਜਿੱਡਾ ਵੱਡਾ ਜਿੱਡਾ ਮਹੱਤਵਪੂਰਨ ਮੁੱਦਾ ਹੈ ਜਿਹੜਾ ਜਿਹਨੂੰ ਪੰਜਾਬੀਅਤ ਦੇ ਇੱਕ ਕੜੀ ਕਹਿੰਦੇ ਆ ਕਿ ਜੁੜ ਸਕਦੀ ਹੈ ਇਕੱਲਾ ਨਾ ਕੇਵਲ ਇਹ ਪੰਜਾਬ ਬਲਕਿ ਉਹ ਪੰਜਾਬ ਜਿਹੜਾ ਲਹਿੰਦਾ ਪੰਜਾਬ ਵੀ ਜਿਹਨੂੰ ਕਹਿੰਦੇ ਆ ਤੇ ਜਿਹਨੂੰ ਵੱਖ ਵੱਖ ਦੇਸ਼ਾਂ ਦੇ ਵਿੱਚ ਹੋਰ ਰਹਿੰਦੇ ਪੰਜਾਬੀ ਵੀ ਜਿਹਦੇ ਨਾਂ ਤੇ ਜੁੜਦੇ ਨੇ ਮੇਰੇ ਮਤਲਬ ਹੈ ਪੰਜਾਬੀ ਜ਼ੁਬਾਨ ਦੀ ਗੱਲ ਪੰਜਾਬੀ ਭਾਸ਼ਾ ਦੀ ਗੱਲ ਤੇ ਪੰਜਾਬੀ ਭਾਸ਼ਾ ਦੀ ਜਿਹੜੀ ਗੱਲ ਹੁੰਦੀ ਹੈ ਜਦੋਂ ਭਾਸ਼ਾਵਾਂ ਦੇ ਦੌਰ ਦੇ ਵਿੱਚ ਆਉਂਦਾ ਤਾਂ ਬਹੁਤ ਵੱਡੀਆਂ ਮੂਵਮੈਂਟਾਂ ਵੀ ਇਹਦੇ 'ਚ ਨੇ ਦਰਾਵੜੀਆਂ ਨੇ ਮੂਵਮੈਂਟ ਲੜੀ ਹਿੰਦੀ ਸਾਮਰਾਜ ਦੇ ਖਿਲਾਫ ਵੱਖ ਵੱਖ ਲੋਕ ਆਪੋ ਆਪਣੀ ਭਾਸ਼ਾ ਸੱਭਿਆਚਾਰ ਲਈ ਲੜਾਈ ਲੜਦੇ ਨੇ ਔਰ ਪੰਜਾਬ ਦੇ ਵਿੱਚ ਵੀ ਵਾਰ ਵਾਰ ਮੰਗ ਹੁੰਦੀ ਹੈ ਕਦੇ ਕਿਸੇ ਸਟੇਟ ਦੇ ਵਿੱਚ ਮਾਤ ਭਾਸ਼ਾ ਦੇ ਵਿੱਚ ਪੜ੍ਹਾਈ ਕਰਾਉਣ ਦੀ ਗੱਲ ਆਉਂਦੀ ਹੈ ਕਦੇ ਰੁਜ਼ਗਾਰ ਦਾ ਕੁਐਸਚਨ ਆਉਂਦਾ ਹੈ ਕਦੇ ਸਿਲੇਬਸ ਤੈਅ ਕਰਨ ਦੀ ਗੱਲ ਆਉਂਦੀ ਹੈ ਉਹ ਸਾਰੀਆਂ ਹੀ ਗੱਲਾਂ ਇਹਨਾਂ ਦਾ ਹਿੱਸਾ ਨੇ ਹੁਣ ਤਾਜ਼ੀ ਗੱਲ ਕਰਨ ਦਾ ਸਬੱਬ ਕਿਵੇਂ ਬਣਿਆ ਤਾਜ਼ੀ ਗੱਲ ਕਰਨ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਪਿਛਲੇ ਦਿਨਾਂ ਦੇ ਵਿੱਚ 7 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਅਕਾਦਮਿਕ ਕੌਂਸਲ ਦੀ ਮੀਟਿੰਗ ਸੀ ਉਹਦੀ ਜਿਹਦੇ 'ਚ ਬਾਹਰਲੀਆਂ ਕੁਝ ਸੰਸਥਾਵਾਂ ਦੇ ਨੁਮਾਇੰਦੇ ਵੀ ਸੱਦੇ ਜਿਹੜੇ ਸਾਹਿਤ ਨਾਲ ਪੰਜਾਬੀ ਨਾਲ ਸੰਬੰਧਿਤ ਹੈਗੇ ਨੇ ਉਸ ਤੋਂ ਬਾਅਦ 10 ਜੁਲਾਈ ਨੂੰ ਇੱਕ ਚਿੱਠੀ ਲਿਖੀ ਗਈ ਜਿਹੜੇ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਨੇ ਜਿਹੜੇ ਆਪ ਮੀਟਿੰਗ 'ਚ ਸ਼ਾਮਲ ਸੀ ਜੌਲ ਸਾਹਿਬ ਨੇ ਔਰ ਉਹਨਾਂ ਨੇ ਇੱਕ ਲਿਖਿਆ ਇਤਰਾਜ਼ ਕੀਤੇ ਕੁਝ ਕਿ ਆਹ ਸਵਾਲ ਬਣਦੇ ਨੇ ਜਿਹਦੇ ਕਰਕੇ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਨਾਂ ਤੇ ਸੱਭਿਆਚਾਰ ਨੂੰ ਜਾਂ ਸਾਰੇ ਕਾਸੇ ਨੂੰ ਬਣੀ ਹੈ ਉਹਦੇ 'ਚ ਵੀ ਕਮੀਆਂ ਨੇ ਤੇ ਉਹਨੂੰ ਉਹ ਵੀ ਅਜੇ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਰਹੀ ਔਰ ਇਸੇ ਤਰ੍ਹਾਂ ਪੰਜਾਬੀ ਦਾ ਮੁੱਦਾ ਪਹਿਲਾਂ ਪੰਜਾਬ ਯੂਨੀਵਰਸਿਟੀ 'ਚ ਵੀ ਬੜਾ ਚੱਲਿਆ ਸੀ ਉਸੇ ਮਾਮਲੇ ਤੇ ਵੱਖ ਵੱਖ ਮਤਲਬ ਉਹਦੀ ਪੜ੍ਹਾਈ ਦੇ ਸਿਲੇਬਸ ਦੇ ਸਾਰੇ ਮੁੱਦਿਆਂ ਨੂੰ ਲੈ ਕੇ ਔਰ ਫਿਰ ਇੱਕ ਚਿੱਠੀ ਲਿਖੀ ਹੈ 14 ਜੁਲਾਈ ਨੂੰ ਹੁਣੇ ਉਹ ਲਿਖੀ ਹੈ ਦਰਸ਼ਨ ਬੁੱਟਰ ਨੇ ਕੇਂਦਰੀ ਪੰਜਾਬੀ ਦੇ ਇੱਕ ਸਭਾ ਵੱਲੋਂ ਉਹਨਾਂ ਨੇ ਇਤਰਾਜ਼ ਇਹ ਕੀਤਾ ਕਿ ਸਾਨੂੰ ਤਾਂ ਬੁਲਾਇਆ ਵੀ ਕਿਉਂ ਨਹੀਂ ਗਿਆ ਸਾਡੀ ਰਿਕੋਗਨੇਸ਼ਨ ਜਿਹੜੀ ਜਥੇਬੰਦੀ ਹੈ 1956 ਤੋਂ ਲੈ ਕੇ ਲਗਾਤਾਰ ਪੁਰਾਣੀ ਹੈ ਇੰਨੇ ਲੇਖ ਜੁੜੇ ਹੋਏ ਨੇ ਤਾਂ ਸਾਨੂੰ ਜੋ ਕਿਉਂ ਨਹੀਂ ਸਮਝਿਆ ਉਹਦੇ ਉੱਤੇ ਨਾਲ ਉਹਨਾਂ ਨੇ ਉਹੀ ਸਵਾਲ ਉਠਾਏ ਨੇ ਦੂਜੇ ਸਾਰੇ ਇਹ ਸਾਰੇ ਮੁੱਦੇ ਤੇ ਗੱਲਬਾਤ ਦੇ ਕਰਨ ਲਈ ਜਿਹੜੇ ਸਾਡੇ ਨਾਲ ਵਿਦਵਾਨ ਨੇ ਜਾਂ ਐਕਟਿਵਿਸਟ ਨੇ ਉਹਨਾਂ 'ਚ ਸਭ ਤੋਂ ਪਹਿਲਾਂ ਡਾਕਟਰ ਗੁਰਮੁਖ ਸਿੰਘ ਜਿਹੜੇ ਪੰਜਾਬੀ ਵਿਭਾਗ ਦੇ ਮੁਖੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਵੀ ਕਿਉਂਕਿ ਵਿਭਾਗ ਦੇ ਮੁਖੀ ਦੇ ਤੌਰ ਤੇ ਨੋਰਮਲੀ ਇਹਨਾਂ ਮੀਟਿੰਗਾਂ ਦਾ ਵੀ ਹਿੱਸਾ ਰਹਿੰਦੇ ਨੇ ਤੇ ਪੰਜਾਬੀ ਪ੍ਰਤੀ ਲਗਾਤਾਰ ਸਰੋਕਾਰ ਉਹਨਾਂ ਦਾ ਹੁੰਦਾ ਹੀ ਹੈ ਦੂਸਰੇ ਸਾਡੇ ਨਾਲ ਨੇ ਪ੍ਰੋਫੈਸਰ ਸਰਬਜੀਤ ਸਿੰਘ ਜਿਨ੍ਹਾਂ ਨੇ ਤੁਹਾਡੇ ਯਾਦ ਹੋਣਾ ਪਹਿਲਾਂ ਖਬਰਾਂ ਛਪਦੀਆਂ ਰਹੀਆਂ ਚਰਚਾਵਾਂ ਵੀ ਰਹੀਆਂ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਲੜਾਈਆਂ ਦੀ ਅਗਵਾਈ ਕੀਤੀ ਤੇ ਬਾਕੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਨੇ ਤੇ ਤੀਜੇ ਸਾਡੇ ਨਾਲ ਨੇ ਸਟੂਡੈਂਟ ਲੀਡਰ ਨੇ PSU ਤੋਂ ਅਮਨ ਕਿਉਂਕਿ ਸਟੂਡੈਂਟ ਮੂਵਮੈਂਟ ਦੇ ਵਿੱਚ ਵੀ ਇਹ ਜਿਹੜੇ ਬਹੁਤ ਬੜੇ ਮੁੱਦੇ ਹੁੰਦੇ ਨੇ ਬੜੇ ਚੇਤਨ ਰੂਪ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਜਿਹੜੇ ਦੂਰ ਅੰਦੇਸ਼ ਤਰੀਕੇ ਨਾਲ ਸੋਚਦੇ ਨੇ ਉਹ ਉਹਨਾਂ ਨੂੰ ਆਪਣੀ ਐਕਟਿਵਿਜ਼ਮ ਦਾ ਹਿੱਸਾ ਬਣਾਉਂਦੇ ਨੇ ਸਭ ਤੋਂ ਪਹਿਲਾਂ ਮੈਂ ਡਾਕਟਰ ਗੁਰਮੁਖ ਸਿੰਘ ਤੁਹਾਡੇ ਤੋਂ ਪੁੱਛਾਂ ਕਿਉਂਕਿ ਤੁਸੀਂ ਉਸ ਮੀਟਿੰਗ ਦੇ ਵਿੱਚ ਵੀ ਸੀਗੇ ਮੁੱਢਲੀ ਚੀਜ਼ ਕੀ ਹੈ ਕੀ ਇਤਰਾਜ਼ ਉਹਨਾਂ ਨੂੰ ਰਹੇ ਮਤਲਬ ਮੇਨ ਇਤਰਾਜ਼ ਹਾਂਜੀ ਉਹ ਗੱਲ ਕੁਛ ਇਸ ਤਰ੍ਹਾਂ ਹੋਈ ਸੀ ਕਿ ਇਹ ਕੁਝ ਸਮਾਂ ਪਹਿਲਾਂ ਦੀ ਗੱਲ ਆ ਕੁਝ ਸਾਲ ਪਹਿਲਾਂ ਦੀ ਗੱਲ ਆ ਜਦੋਂ ਡਾਕਟਰ ਘੁੰਮਣ ਵਾਈਸ ਚਾਂਸਲਰ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਕੁਛ ਅੰਡਰ ਗ੍ਰੈਜੂਏਟ ਕੋਰਸਿਸ ਦੇ ਵਿੱਚੋਂ ਜਾਣੀ ਜਿਵੇਂ BCA ਤੇ BBA ਜਿਨ੍ਹਾਂ ਦੇ ਵਿੱਚ ਪਹਿਲਾਂ 6 ਸਮੈਸਟਰ ਲਾਜ਼ਮੀ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਾਈ ਜਾਂਦੀ ਸੀ ਉਹ ਇਹ ਕਹਿ ਕੇ ਕਿ ਇਹ ਪ੍ਰੋਫੈਸ਼ਨਲ ਕੋਰਸ ਨੇ ਉਹਨਾਂ ਦੇ 4 ਸਮੈਸਟਰਾਂ ਦੇ ਵਿੱਚੋਂ ਪੰਜਾਬੀ ਹਟਾ ਦਿੱਤੀ ਗਈ ਸੀ ਹਾਲਾਂਕਿ ਅਸੀਂ ਜਦੋਂ ਘੋਖਬੀਣ ਕੀਤੀ ਤਾਂ ਸਿਲੇਬਸ ਦਾ ਹੋਰ ਕੋਈ ਫਰਕ ਨਹੀਂ ਪਾਇਆ ਗਿਆ ਤੇ ਉਹ ਲੱਗਦਾ ਜਿਵੇਂ ਪੰਜਾਬੀ ਹਟਾਉਣ ਲਈ ਹੀ ਉਹਨਾਂ ਦਾ ਨਾਂ ਬਦਲ ਦਿੱਤਾ ਗਿਆ ਹੋਵੇ ਉਦੋਂ ਤੋਂ ਹੀ ਕਾਲਜਿਸ ਦੇ ਟੀਚਰ ਅਸੀਂ ਲੱਗੇ ਹੋਏ ਹਾਂ ਕਿ ਇਹ ਤਾਂ ਪੰਜਾਬੀ ਯੂਨੀਵਰਸਿਟੀ ਤਾਂ ਵਧਾਉਣੀ ਆ ਪੰਜਾਬੀ ਨਾ ਕੇ ਘਟਾਉਣੀ ਆ ਚਾਹੇ ਉਹ ਪ੍ਰੋਫੈਸ਼ਨਲ ਕੋਰਸ ਹੋਣ ਜਾਂ ਦੂਸਰੇ ਹੋਣ ਅਸੀਂ ਇਸ ਤੇ ਲੱਗੇ ਹੋਏ ਸੀ ਤੇ ਅਸੀਂ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਨੂੰ ਵਾਰ ਵਾਰ ਚਿੱਠੀਆਂ ਲਿਖੀਆਂ ਉਹਦੇ ਤੇ ਇੱਕ ਕਮੇਟੀ ਬਣਦੀ ਆ ਕਮੇਟੀ ਬਣਨ ਤੋਂ ਬਾਅਦ ਉਹਦੇ ਵਿੱਚ ਇਹ ਪਾਸ ਕੀਤਾ ਜਾਂਦਾ ਕਿ ਜਿਹੜੇ ਅੰਡਰ ਗ੍ਰੈਜੂਏਟ ਕੋਰਸਿਸ ਨੇ ਉਹਨਾਂ ਦੇ ਵਿੱਚ ਸਾਰੇ ਸਮੈਸਟਰਾਂ ਦੇ ਵਿੱਚ ਪੰਜਾਬੀ ਲਾਗੂ ਕੀਤੀ ਜਾਵੇ ਕੁਛ ਹੋਰ ਗੱਲਾਂ ਵੀ ਉਹਦੇ ਵਿੱਚ ਲਿਖੀਆਂ ਜਾਂਦੀਆਂ ਨੇ ਜਦੋਂ ਉਹ ਅਕੈਡੈਮਿਕ ਕੌਂਸਲ ਦੀ ਮੀਟਿੰਗ 'ਚ ਜਾਂਦੀ ਹੈ ਜਿਹੜੀ 7 ਤੋਂ ਪਹਿਲਾਂ ਵਾਲੀ ਮੀਟਿੰਗ ਹੋਈ ਸੀ ਕੁਛ ਦਿਨ ਪਹਿਲਾਂ ਹੀ ਤਾਂ ਜਦੋਂ ਕਿਉਂਕਿ ਉਸ ਦੇ ਵਿੱਚ ਪੰਜਾਬੀ ਦੇ ਬਹੁਤ ਥੋੜੇ ਬੰਦੇ ਹੁੰਦੇ ਆ ਉਸ ਮੀਟਿੰਗ ਦੇ ਵਿੱਚ ਮੈਂ ਵੀ ਮੈਂਬਰ ਨਹੀਂ ਸੀ ਤਾਂ ਜਦੋਂ ਸਾਡੇ ਕੋਲ ਉਹਦੀ ਪ੍ਰੋਸੀਡਿੰਗ ਪਾਸ ਹੋ ਕੇ ਆਉਂਦੀ ਆ ਤਾਂ ਸਾਨੂੰ ਬੜੀ ਹੈਰਾਨੀ ਹੁੰਦੀ ਆ
ਹੈਰਾਨੀ ਇਸ ਕਰਕੇ ਹੁੰਦੀ ਆ ਕਿ ਬੀਐਸਸੀ ਤੇ ਬੀਕੌਮ ਦੇ ਵਿੱਚ ਜਿੱਥੇ 6 ਸਮੈਸਟਰ ਪੰਜਾਬੀ ਪਹਿਲਾਂ ਹੀ ਪੜ੍ਹਾਈ ਜਾ ਰਹੀ ਸੀ, ਉੱਥੇ ਆਖਰੀ 2 ਸਮੈਸਟਰਾਂ ਦੇ ਵਿੱਚੋਂ ਪੰਜਾਬੀ ਲਾਜ਼ਮੀ ਦਾ ਵਿਸ਼ਾ ਹਟਾ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਤੇ ਇਹ ਕਿਹਾ ਗਿਆ ਕਿ ਇਹਨਾਂ 2 ਸਮੈਸਟਰਾਂ ਦੇ ਵਿੱਚ ਸੰਬੰਧਿਤ ਵਿਸ਼ਾ ਪੰਜਾਬੀ 'ਚ ਪੜ੍ਹਾਇਆ ਜਾਊਗਾ। ਜਾਣੀ ਬੀਐਸਸੀ ਦੇ ਵਿੱਚ ਸਾਇੰਸ ਨੂੰ ਪੰਜਾਬੀ 'ਚ ਪੜ੍ਹਾਇਆ ਜਾਊਗਾ 2 ਸਮੈਸਟਰਾਂ ਦੇ ਵਿੱਚ ਤੇ ਕਮਰਸ ਨੂੰ ਵੀ। ਜਾਣੀ ਹੋਇਆ ਇਹ ਕਿ ਪੰਜਾਬੀ ਕੱਟ ਕੇ ਉਹਦੀ ਜਗ੍ਹਾ ਤੇ ਸੰਬੰਧਿਤ ਵਿਸ਼ਾ ਪੰਜਾਬੀ ਦੇ ਵਿੱਚ ਪੜ੍ਹਾਉਣ ਦੀ ਗੱਲ ਆਖੀ ਗਈ ਤੇ ਇਹ ਬਿਲਕੁਲ ਹੀ ਗਲਤ ਗੱਲ ਸੀ ਕਿਉਂਕਿ 2 ਬਿਲਕੁਲ ਇਹ ਅਲੱਗ ਅਲੱਗ ਚੀਜ਼ਾਂ ਨੇ, ਪੰਜਾਬੀ ਪੜ੍ਹਾਉਣੀ ਤੇ ਸੰਬੰਧਿਤ ਵਿਸ਼ਾ ਪੰਜਾਬੀ 'ਚ ਪੜ੍ਹਾਉਣਾ। ਇਸ ਤੇ ਅਸੀਂ ਫਿਰ ਕਿੰਤੂ ਕੀਤਾ, ਆਲੇ ਦੁਆਲੇ ਵੀ ਕਿੰਤੂ ਆਏ ਵੀ ਇਹ ਠੀਕ ਨਹੀਂ ਹੈਗਾ, ਤੁਸੀਂ ਪੰਜਾਬੀ ਵਿਸ਼ਾ ਨਹੀਂ ਕੱਟਣਾ, ਪੰਜਾਬੀ ਵਿਸ਼ੇ 'ਚ ਪੜ੍ਹਾਉਣੀ ਪੜ੍ਹਾਈ ਪੜ੍ਹਾਈ ਕਰਾਉਣੀ ਆ ਤਾਂ ਜ਼ਰੂਰ ਕਰਾਓ, ਕਰਾਉਣੀ ਚਾਹੀਦੀ, ਅਸੀਂ ਬੜੇ ਸਮੇਂ ਤੋਂ ਮੰਗ ਕਰ ਰਹੇ ਹਾਂ। ਪਰ ਇਹ ਹੁੰਦਾ ਕਿ ਅਸੀਂ ਸੰਸਥਾਵਾਂ ਦੇ ਅਲੱਗ ਅਲੱਗ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚੋਂ ਮੈਂਬਰ ਬੁਲਾਈਏ, ਪ੍ਰਧਾਨ ਬੁਲਾਈਏ, ਸਕੱਤਰ ਬੁਲਾਈਏ, ਵਾਈਸ ਚਾਂਸਲਰ ਆਪਣੇ ਲੈਵਲ ਤੇ ਫੈਸਲਾ ਕਰਦੇ ਨੇ ਤੇ ਇਸੇ ਤਰੀਕੇ ਨਾਲ 3 ਪੰਜਾਬੀ ਡਿਪਾਰਟਮੈਂਟ ਦੇ ਹੈਡਸ ਵੀ ਬੁਲਾਏ ਜਾਂਦੇ ਨੇ, ਜਿਹਦੇ ਵਿੱਚ ਇੱਕ ਪੰਜਾਬੀ ਡਿਪਾਰਟਮੈਂਟ ਦਾ ਹੈਡ, ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੇ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਸਰਬਜੀਤ ਨੂੰ ਸੱਦਾ ਭੇਜਿਆ ਜਾਂਦਾ। ਉਹ ਮੀਟਿੰਗ ਹੁੰਦੀ ਆ, ਉਹਦੇ ਵਿੱਚ ਉਹ ਫੈਸਲਾ ਤਾਂ ਵਾਪਸ ਲੈ ਲਿਆ ਜਾਂਦਾ ਕਿ ਬੀਐਸਸੀ ਤੇ ਬੀਕੌਮ ਦੇ ਵਿੱਚ ਜਿਵੇਂ ਪਹਿਲਾਂ ਚੱਲ ਰਿਹਾ ਸੀ, ਜਾਣੀ 6 ਦੇ 6 ਸਮੈਸਟਰ ਪੰਜਾਬੀ ਪੜ੍ਹਾਈ ਜਾਊਗੀ, ਪਰ ਜਿਹੜੀ ਸਾਡੀ ਮੰਗ ਸੀ ਕਿ ਬੀਸੀਏ ਬੀਬੀਏ ਖਾਸ ਤੌਰ ਤੇ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਕਹਿ ਕੇ ਉਹਨਾਂ ਦੇ ਵਿੱਚੋਂ ਪੰਜਾਬੀ ਕੱਟੀ ਗਈ ਆ, ਜਿਹੜੀ ਅਸੀਂ ਮੰਗ ਕਰ ਰਹੇ ਸੀ ਕਿ 6 ਦੇ 6 ਸਮੈਸਟਰ ਲਾਗੂ ਹੋਵੇ, ਉਹ ਸਾਡੀ ਮੰਗ ਉੱਥੇ ਨਹੀਂ ਮੰਨੀ ਗਈ ਤੇ ਉਹ ਉਸ ਤਰ੍ਹਾਂ ਹੀ ਚੀਜ਼ ਰਹਿ ਗਈ। ਬਹਰਹਾਲ ਇੱਕ ਚੀਜ਼ ਜ਼ਰੂਰ ਵਾਪਰੀ ਆ ਉਸ ਮੀਟਿੰਗ ਦੇ ਵਿੱਚ, ਮੈਂ ਕਿਉਂਕਿ ਇਹ ਗੱਲ ਵੀ ਜ਼ਰੂਰ ਆਉਣੀ ਚਾਹੀਦੀ ਆ ਕਿ ਕੁਛ ਸਬਜੈਕਟਸ ਦੇ ਵਿੱਚ ਜਿਵੇਂ ਲਾਅ ਦੇ ਵਿੱਚ ਜਾਂ ਫਾਰਮੇਸੀ ਦੇ ਵਿੱਚ 1 ਸਮੈਸਟਰ ਵਧਾਇਆ ਗਿਆ ਤੇ ਉਹਦੇ ਵਿੱਚ ਜਿਹੜੀ ਪੰਜਾਬੀ ਕੰਪਿਊਟਿੰਗ ਦਾ ਵਿਸ਼ਾ ਜਿਹੜਾ ਕਿ ਪੰਜਾਬੀ ਨੂੰ ਕੰਪਿਊਟਰ ਦੇ ਵਿੱਚ ਕੰਪਿਊਟਰ ਦੀ ਪੰਜਾਬੀ ਭਾਸ਼ਾ 'ਚ ਕਿਵੇਂ ਵਰਤੋਂ ਕਰਨੀ ਆ ਉਹ ਜ਼ਰੂਰ ਲਾਇਆ ਗਿਆ। ਇਸ ਤੋਂ ਬਿਨਾਂ ਹੋਰ ਕਿਤੇ ਵੀ ਪੰਜਾਬੀ ਦੀ ਪੜ੍ਹਾਈ ਵਧਾਈ ਨਹੀਂ ਗਈ ਹੈਗੀ। ਇੱਕ ਚੀਜ਼ ਜਿਹੜੀ ਵੱਖਰੀ ਵਾਪਰੀ ਆ, ਇਹ ਵੀ ਇੱਥੇ ਮੈਂ ਜ਼ਰੂਰ ਨੋਟ ਕਰਾਉਣਾ ਚਾਹੁੰਦਾ ਕਿ MA ਪੱਧਰ ਦੇ ਵਿੱਚ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੈਂਡੇਟ ਸੀ ਕਿ ਤੁਸੀਂ ਮਾਧਿਅਮ ਪੰਜਾਬੀ ਦੇ ਵਿੱਚ ਕਰਨਾ, ਤਾਂ ਚਾਹੇ ਕੋਈ ਪੰਜਾਬੀ ਯੂਨੀਵਰਸਿਟੀ ਤੋਂ MA ਹੋਊਗੀ ਜਾਂ MSc, ਉਹਦੇ ਵਿੱਚ 1 ਪੇਪਰ ਜਿਹੜਾ ਪੰਜਾਬੀ ਦੇ ਵਿੱਚ ਪੜ੍ਹਾਇਆ ਜਾਊਗਾ ਸੰਬੰਧਿਤ ਵਿਸ਼ੇ ਦਾ। ਜਾਣੀ ਜੇ ਕੋਈ ਕੈਮਿਸਟਰੀ ਦੇ ਵਿੱਚ ਕਰ ਰਿਹਾ ਤਾਂ ਕੈਮਿਸਟਰੀ ਦਾ 1 ਜਿਹੜਾ ਕੋਈ ਉਹ ਬਣਾਉਣਗੇ ਕੋਰਸ, ਜਿਹਦੇ 4 ਕ੍ਰੈਡਿਟ ਹੋਣਗੇ ਤੇ ਜਿਹੜਾ ਪਾਸ ਕਰਨਾ ਹੋਊਗਾ ਉਹ ਜ਼ਰੂਰ ਪੰਜਾਬੀ ਦੇ ਵਿੱਚ ਜਿਹੜੀ ਪੜ੍ਹਾਉਣ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਆ। ਬਹਰਹਾਲ ਹਲੇ ਤੱਕ ਪ੍ਰੋਸੀਡਿੰਗਸ ਬਾਹਰ ਨਹੀਂ ਆਈਆਂ ਹੈਗੀਆਂ, ਪਰ ਪੰਜਾਬੀ ਦੀ ਪੜ੍ਹਾਈ ਜਿਹੜੀ ਮੰਗ ਕਰ ਰਹੇ ਹਾਂ ਕਿ ਸਾਰੇ ਅੰਡਰ ਗ੍ਰੈਜੂਏਟ ਕੋਰਸਿਸ ਜਿਹੜੀ ਪੰਜਾਬੀ ਯੂਨੀਵਰਸਿਟੀ ਕਰਾਉਂਦੀ ਆ ਉਹਦੇ ਵਿੱਚ ਪੰਜਾਬੀ ਲਾਜ਼ਮੀ ਦਾ ਵਿਸ਼ਾ ਪੜ੍ਹਾਇਆ ਜਾਵੇ, ਉਹ ਹਲੇ ਤੱਕ ਗੱਲ ਜਿਹੜੀ ਉਹ ਮੰਨੀ ਨਹੀਂ ਗਈ ਆ। ਇਹ ਉਸ ਮੀਟਿੰਗ ਦੀ ਕਾਰਵਾਈ ਸੀ। ਡਾਕਟਰ ਗੁਰਮੁਖ, ਇੱਕ ਜਿਹੜਾ ਉਹਨਾਂ ਨੇ ਇਤਰਾਜ਼ ਕੀਤਾ ਕੇਂਦਰੀ ਪੰਜਾਬੀ ਲੇਖ ਸਭਾ ਨੇ, ਦਰਸ਼ਨ ਬੁੱਟਰ ਨੇ, ਕਿ ਤੁਸੀਂ ਜਿਹੜਾ ਲਖਵਿੰਦਰ ਜੌਹਲ ਉਹਨਾਂ ਨੂੰ ਬੁਲਾ ਲਿਆ ਸਾਹਿਤ ਅਕਾਦਮੀ ਤੋਂ, ਤੁਸੀਂ ਡਾਕਟਰ ਸੁਖਦੇਵ ਸਿੰਘ ਸਿਰਸਾ ਉਹਨਾਂ ਨੂੰ ਬੁਲਾ ਲਿਆ, ਤੁਸੀਂ ਸੁਰਜੀਤ ਪਾਤਰ ਉਹਨਾਂ ਨੂੰ ਬੁਲਾ ਲਿਆ, ਸਾਡੀ ਜਥੇਬੰਦੀ ਕਿਉਂ ਰਹੇਗੀ? ਇਹਦਾ ਕੋਈ ਕ੍ਰਾਈਟੇਰੀਆ ਤੈਅ ਕੀਤਾ ਹੋਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਰਗੇਨਾਈਜੇਸ਼ਨਾਂ 'ਚੋਂ? ਇਹ ਜਿਹੜੀ ਕਿਹਨੂੰ ਬੁਲਾਉਣਾ ਜਾਂ ਨਹੀਂ, ਇਹ ਵੈਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀਤਾ ਸੀ, ਪਰ ਮੈਨੂੰ ਜਿੰਨੀ ਕੁ ਮੈਂ ਇਸ ਵਕਤ ਕਹਿ ਸਕਦਾ ਕਿ ਇਹ ਜਾਣਬੁੱਝ ਕੇ ਨਹੀਂ ਕੀਤੀ ਗਈ ਗੱਲ, ਕਿ ਉਹਨਾਂ ਨੂੰ ਜਾਣਬੁੱਝ ਕੇ ਨਹੀਂ ਬੁਲਾਇਆ ਗਿਆ, ਕਿਤੇ ਜਦੋਂ ਪ੍ਰਸ਼ਾਸਨ ਨੇ ਫੈਸਲਾ ਕਰ ਲਿਆ ਸੀ ਤਾਂ ਉੱਕ ਗਏ, ਨਹੀਂ ਤਾਂ ਉਹਨਾਂ ਨੂੰ ਬੁਲਾਉਣ ਦੇ ਵਿੱਚ ਵੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੋਈ ਸਮੱਸਿਆ ਨਹੀਂ ਹੋਣੀ ਸੀ ਤੇ ਬੁਲਾ ਲੈਣਾ ਚਾਹੀਦਾ ਸੀ। ਮੈਨੂੰ ਲੱਗਦਾ ਕਿਤੇ ਇਹ ਅਣਜਾਣੇ ਚ ਉਕਾਈ ਹੋਈ। ਡਾਕਟਰ ਗੁਰਮੁਖ, ਮੈਂ ਤੁਹਾਡੀ ਕੱਟ ਨਹੀਂ ਰਿਹਾ, 1 ਮਿੰਟ ਹਮੀਰ ਸਿੰਘ ਜੀ। ਹਾਂ, ਮੈਂ ਤੁਹਾਡੇ ਤੇ ਹੀ ਆਉਂਦਾ, ਤੁਸੀਂ ਉਹਦੇ ਨਾਲ ਹੀ ਜੋੜ ਕੇ ਇਹ ਗੱਲ ਕਰ ਦਿਓ। ਔਰ ਜਿਵੇਂ ਉਹਨਾਂ ਨੇ ਇੱਕ ਮੀਟਿੰਗ ਦੀ ਇੱਕ ਲੈਵਲ ਦੀ ਆਪਣੇ ਸਾਹਮਣੇ ਇੱਕ ਗੱਲ ਦੱਸਤੀ ਕਿ ਮੀਟਿੰਗ ਇਸ ਮਕਸਦ ਲਈ ਸੀ, ਆਹ ਚੀਜ਼ਾਂ ਸੀ, ਮਤਲਬ ਕੁਝ ਚੀਜ਼ਾਂ ਮੰਨ ਲਈਆਂ ਗਈਆਂ, ਕੁਝ ਚੀਜ਼ਾਂ ਰਹਿ ਰਹੀਆਂ ਸੀਗੀਆਂ ਜਿਹਦੇ ਤੇ ਇਤਰਾਜ਼ ਉਠਾਇਆ ਜਾ ਰਿਹਾ। ਔਰ ਤੁਸੀਂ ਪੰਜਾਬ ਯੂਨੀਵਰਸਿਟੀ 'ਚ ਵੀ ਇਹਨਾਂ ਚੀਜ਼ਾਂ ਨਾਲ ਰਿਲੇਟਡ ਪਹਿਲਾਂ ਮੂਵਮੈਂਟ ਵੀ ਕੀਤੀ, ਬਾਕੀ ਚੀਜ਼ਾਂ ਨੇ, ਇਹਨੂੰ ਸਾਰੇ ਨੂੰ ਤੁਸੀਂ ਪੰਜਾਬੀ ਯੂਨੀਵਰਸਿਟੀ ਵਾਲੇ ਮੁੱਦੇ ਨੂੰ ਔਰ ਤੁਹਾਡਾ ਜਿਹੜਾ ਲੜਾਈ ਸੀ ਉਹਨੂੰ ਕਿਵੇਂ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰੋਗੇ? ਪਹਿਲਾਂ ਮੈਂ ਇੱਕ ਗੱਲ ਦਰਸ਼ਨ ਬੁੱਟਰ ਹੋਣਾਂ ਲਈ ਕਰਦੇ ਹਾਂ ਕਿ ਡਾਕਟਰ ਸੁਖਦੇਵ ਸਰਸਾ ਉਸ ਮੀਟਿੰਗ 'ਚ ਗਏ ਸਨ ਅਤੇ ਡਾਕਟਰ ਸੁਖਦੇਵ ਸਰਸਾ ਦਰਸ਼ਨ ਬੁੱਟਰ ਹੋਰਾਂ ਦੇ ਨਾਲ ਜਨਰਲ ਸਕੱਤਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ। ਇਸ ਕਰਕੇ ਮਸਲੇ ਨੂੰ ਇਸ ਕਿਸਮ ਦਾ ਬਣਾਉਣਾ, ਜਾਣੀ ਮੈਨੂੰ ਲੱਗਦਾ ਕਿ ਪੰਜਾਬੀ ਦੇ ਮਸਲੇ ਨੂੰ ਡਾਇਲੂਟ ਕਰ ਦੇਣ ਵਾਲੀ ਗੱਲ ਆ। ਮਸਲਾ ਪੰਜਾਬੀ ਦਾ
ਤੇ ਪੰਜਾਬੀ ਦੇ ਉੱਤੇ ਜਿੰਨੀਆਂ ਸੰਸਥਾਵਾਂ ਰੀਪ੍ਰੈਜੈਂਟ ਕਰਦੀਆਂ ਸੀ ਡਾਕਟਰ ਜੋਲ ਸੀ ਡਾਕਟਰ ਸੰਦੇਪ ਸੀ ਪਵਨ ਹਰਚੰਦਪੁਰੀ ਸੀ ਮੇਰੀ ਮਜਬੂਰੀ ਸੀ ਕਿ ਮੈਂ ਹਾਲਾਂਕਿ ਮੈਨੂੰ ਵੀ ਬੁਲਾਇਆ ਸੀ ਮੈਂ ਉਮੀਦ ਦੇ ਵਿੱਚ ਜਾ ਰਹੀ ਸੀ ਜਿੱਥੋਂ ਤੱਕ ਪੰਜਾਬੀ ਭਾਸ਼ਾ ਦਾ ਮਸਲਾ ਡਾਕਟਰ ਗੁਰਮੁਖ ਉਹਨਾਂ ਨੇ ਬਹੁਤ ਸਪਸ਼ਟ ਰੂਪ 'ਚ ਗੱਲ ਕੀਤੀ ਆ ਕਿ ਇਹ ਇੱਕ ਸੰਕਟ ਪੰਜਾਬੀ ਯੂਨੀਵਰਸਿਟੀ 'ਚ ਖੜਾ ਹੋਇਆ ਹੁਣ ਮੁੱਖ ਮਸਲਾ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਣਨ ਦੇ ਮਕਸਦ ਵਿੱਚੋਂ ਸਭ ਤੋਂ ਵੱਡਾ ਮਕਸਦ ਇਹ ਸੀ ਕਿ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ਪੰਜਾਬੀ ਸਮਾਜ ਓਵਰਆਲ ਪੰਜਾਬੀ ਸਮਾਜ ਦੀ ਪੰਜਾਬੀ ਭਾਸ਼ਾ ਦੇ ਮਾਧਿਅਮ ਉਹਦੀ ਉੱਨਤੀ ਤੇ ਵਿਕਾਸ ਦਾ ਏਜੰਡਾ ਸੀ ਔਰ ਉਹਦੇ ਵਿੱਚ ਇਹ ਗੱਲ ਕਲੀਅਰ ਕੱਟ ਸੀ ਵੀ ਕਿ ਜਿਹੜੀ ਐਜੂਕੇਸ਼ਨ ਹੋਏਗੀ ਉਸਨੂੰ ਵੱਧ ਤੋਂ ਵੱਧ ਪੰਜਾਬੀ ਮਾਧਿਅਮ ਰਾਹੀਂ ਦਿੱਤਾ ਜਾਣਾ ਚਾਹੀਦਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿਧਾਨ ਦੀ ਸਪਿਰਿਟ ਆ ਮੂਲ ਤੌਰ ਉਹ ਸਪਿਰਿਟ ਤਾਂ ਹੌਲੀ 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 ਇੱਕ ਪਾਸੇ ਕਰ ਦਿੱਤੀ ਗਈ ਕਿ ਬਾਕੀ ਸਬਜੈਕਟਸ ਨੂੰ ਪੰਜਾਬੀ ਦੇ ਮਾਧਿਅਮ ਦੇ ਵਿੱਚ ਪੜ੍ਹਾਉਣਾ ਉਹ ਤਾਂ ਇੱਕ ਪਾਸੇ ਗੱਲ ਰਹੀ ਤੇ ਜਿਹੜਾ ਹੁਣ ਸੰਕਟ ਪੈਦਾ ਹੋ ਗਿਆ ਉਹ ਹੈਗਾ ਕਿ ਪੰਜਾਬ ਦੇ ਵਿੱਚੋਂ ਹੀ ਪੰਜਾਬੀ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਡਿਲੀਟ ਕਰ ਦੇਣਾ ਜਿਹੜਾ ਇਹ ਸਭ ਤੋਂ ਮੰਦਭਾਗਾ ਮਸਲਾ ਹੈ ਜਿੱਥੋਂ ਤੱਕ ਪੰਜਾਬ ਯੂਨੀਵਰਸਿਟੀ ਦੀ ਗੱਲ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਟੈਰਰਿਜ਼ਮ ਦੇ ਦੌਰ ਦੇ ਵਿੱਚ ਪੰਜਾਬੀ ਨੂੰ ਅੰਡਰ ਗ੍ਰੈਜੂਏਟ ਕੋਰਸਿਸ ਦੇ ਵਿੱਚ ਕੰਪਲਸਰੀ ਕੀਤਾ ਗਿਆ ਸੀ ਨੰਬਰ 1 ਹੁਣ ਜਿਹੜੀ ਇੱਥੇ ਪ੍ਰੋਬਲਮ ਆਈ ਹੁਣ ਪ੍ਰੋਬਲਮ ਇਸ ਕਰਕੇ ਨਹੀਂ ਆਈ ਹੁਣ ਪ੍ਰੋਬਲਮ ਇਹ ਆਈ ਸੀ ਕਿ ਪੰਜਾਬ ਯੂਨੀਵਰਸਿਟੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨੂੰ ਇੰਪਲੀਮੈਂਟ ਕਰ ਰਹੀ ਹੈ ਜਦੋਂ ਅਸੀਂ ਐਜੂਕੇਸ਼ਨ ਪਾਲਿਸੀ 2020 ਨੂੰ ਇੰਪਲੀਮੈਂਟ ਕਰਦੇ ਹਾਂ ਤਾਂ ਉਸ ਸਾਰੀ ਪਾਲਿਸੀ ਦੇ ਵਿੱਚ ਜਿੰਨੀਆਂ ਇੰਡੀਅਨ ਲੈਂਗੁਏਜ ਨੇ ਸਾਰੀਆਂ ਭਾਰਤੀ ਭਾਸ਼ਾਵਾਂ ਨੇ ਉਹ ਕਿਸੇ ਵੀ ਜ਼ੋਨ ਦੇ ਵਿੱਚ ਨਹੀਂ ਉਹਨਾਂ ਨੂੰ ਇੱਕ ਖਾਸ ਸੈਗਮੈਂਟ ਵਿੱਚ ਰੱਖ ਲਿਆ ਗਿਆ ਜਿਸ ਨੂੰ ਅਬਿਲਿਟੀ ਇਨਹਾਂਸਮੈਂਟ ਕਿਹਾ ਜਾਂਦਾ ਉਹਦੇ ਵਿੱਚ ਭਾਰਤੀ ਸੰਵਿਧਾਨ ਦੀਆਂ 22 ਦੀਆਂ 22 ਭਾਸ਼ਾਵਾਂ ਨੇ ਵਿਦਿਆਰਥੀ ਜਿਹੜੀ ਭਾਸ਼ਾ ਨੂੰ ਪੜ੍ਹਨਾ ਚਾਹੇ ਉਹ BA ਤੱਕ ਪੜ੍ਹ ਕੇ ਪਾਰ ਲੱਗ ਸਕਦਾ ਉਹ ਪੰਜਾਬੀ ਪੜ੍ਹਨੀ ਚਾਹੇ ਪੜ੍ਹ ਲਵੇ ਨਹੀਂ ਪੜ੍ਹਨੀ ਤਾਂ ਵੀ ਨਾ ਪੜ੍ਹੇ ਅੰਗਰੇਜ਼ੀ ਪੜ੍ਹਨੀ ਹੈ ਪੜ੍ਹ ਲਵੇ ਉਹ ਤੋਂ ਬਿਨਾਂ ਵੀ ਉਹਦਾ ਸਰ ਸਕਦਾ ਕਿਉਂਕਿ 4 ਸਮੈਸਟਰਾਂ ਦੇ ਵਿੱਚ ਉਹਨੇ ਕਰਨੀਆਂ ਉਹ ਹਿੰਦੀ ਪੜ੍ਹ ਕੇ ਕਰ ਸਕਦਾ ਉਹ ਹੋਰ ਤਾਮਿਲ ਮਲਿਆਲਮ ਜੋ ਵੀ ਆ ਉਹ ਕਰ ਸਕਦਾ ਇਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਨਾਲ ਥੋੜ੍ਹਾ ਜਿਹਾ ਡਿਫਰੈਂਟ ਸੀ ਇੱਕ ਤਾਂ ਇਹ ਗੱਲ ਨੂੰ ਦਾ ਆਪਾਂ ਨੂੰ ਨਖੇੜਾ ਕਰ ਲੈਣਾ ਚਾਹੀਦਾ ਤਾਂ ਕਿ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਵਿੱਚ ਖਲਤ ਮਲਤ ਨਾ ਹੋਣ ਤੀਜਾ ਜਿਹੜਾ ਮਸਲਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕੀਤਾ ਗਿਆ ਤਾਂ ਅਸੀਂ ਇਸ ਦਾ ਬਹੁਤ ਸਖ਼ਤ ਵਿਰੋਧ ਕੀਤਾ ਕਿ ਪੰਜਾਬ ਯੂਨੀਵਰਸਿਟੀ ਦੇ ਨਾਲ 210 ਤੋਂ ਵੱਧ ਪੰਜਾਬ ਦੇ ਕਾਲਜ ਅਫੀਲੀਏਟ ਨੇ ਇਸ ਕਰਕੇ ਪੰਜਾਬ ਦੇ ਵਿੱਚ 210 ਤੋਂ ਵੱਧ ਕਾਲਜਾਂ ਨੂੰ ਜੋ ਪੜ੍ਹਾਇਆ ਜਾਣਾ ਉਹਦੇ ਵਿੱਚੋਂ ਪੰਜਾਬੀ ਬਿਲਕੁਲ ਖਤਮ ਹੋ ਜਾਏਗੀ ਇਸ ਲਈ ਅਸੀਂ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਵਜੋਂ ਇੰਟਰੋਡਿਊਸ ਕਰਾ ਕੇ ਰੱਖਣਾ ਔਰ ਅਸੀਂ ਉਹ ਲੜਾਈ ਲੜੀ ਉਹਦੇ ਵਿੱਚੋਂ ਪੰਜਾਬੀ ਕੰਪਲਸਰੀ ਦਾ ਇੱਕ ਸੈਗਮੈਂਟ ਬਣਾਇਆ ਗਿਆ ਤੇ ਪੰਜਾਬੀ ਕੰਪਲਸਰੀ ਨੂੰ ਜਿਹੜੀ ਅਬਿਲਿਟੀ ਇਨਹਾਂਸਮੈਂਟ ਲੈਂਗੁਏਜਸ ਦੀ ਸੀ ਉਹਦੇ ਵਿੱਚੋਂ ਅਸੀਂ ਬਾਹਰ ਕੱਢ ਲਿਆ ਹੁਣ ਪੰਜਾਬੀ ਕੰਪਲਸਰੀ ਆ ਜਿਹੜੀ ਅੰਡਰ ਗ੍ਰੈਜੂਏਟ ਕੋਰਸ BA ਤੇ BSc 'ਚ ਜਿਵੇਂ ਪਹਿਲਾਂ ਪੜ੍ਹਾਈ ਜਾਂਦੀ ਸੀ ਉਸੇ ਤਰ੍ਹਾਂ ਪੜ੍ਹਾਈ ਜਾ ਰਹੀ ਹੈ ਨੰਬਰ 1 ਨੰਬਰ 2 BSc ਐਗਰੀਕਲਚਰ ਹੋਵੇ BSc ਫੈਸ਼ਨ ਟੈਕਨੋਲੋਜੀ ਹੋਵੇ ਈਵਨ ਦੈਨ ਜਿਹੜੇ 5 ਈਅਰ ਇੰਟੈਗਰੇਟਡ ਕੋਰਸਿਸ ਨੇ ਉਹਨਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਜਿਹੜੀ ਆ ਉਸ ਨੂੰ ਬਣਦਾ ਸਥਾਨ ਆ ਜਿਹੜਾ ਉਹ ਦੇ ਦਿੱਤਾ ਗਿਆ ਹੁਣ ਪੰਜਾਬੀ ਭਾਸ਼ਾ ਜਿਹੜੀ ਆ ਉਹ ਪੰਜਾਬ ਯੂਨੀਵਰਸਿਟੀ 'ਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਇੰਪਲੀਮੈਂਟ ਹੋ ਜਾਣ ਤੋਂ ਬਾਅਦ ਪਹਿਲਾਂ ਨਾਲੋਂ ਪੰਜਾਬੀ ਭਾਸ਼ਾ ਦਾ ਕੁਆਂਟਮ ਵਧਿਆ ਹੈ ਘਟਿਆ ਨਹੀਂ ਹੈ ਜਿੰਨਾ ਇਸ ਤੋਂ ਪਹਿਲਾਂ ਪੜ੍ਹਾਇਆ ਜਾਂਦਾ ਸੀ ਜਿਹੜੀ ਮੈਂ ਗੱਲ ਜ਼ੋਰ ਦੇ ਕੇ ਕਹਿਣੀ ਚਾਹੁੰਦਾ ਹੁਣ ਇਹ ਮਸਲਾ ਕਿ ਪੰਜਾਬੀ ਯੂਨੀਵਰਸਿਟੀ ਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਨਹੀਂ ਕਰ ਰਹੀ ਉਹ ਤਾਂ ਕ੍ਰੈਡਿਟ ਬੇਸ ਕੋਰਸ ਦੇ ਵਿੱਚ ਹੀ ਤਬਦੀਲੀਆਂ ਕਰ ਰਹੀ ਆ ਇਸ ਕਰਕੇ ਇਹ ਪੰਜਾਬੀ ਯੂਨੀਵਰਸਿਟੀ ਦੀ ਕੋਈ ਮਜਬੂਰੀ ਨਹੀਂ ਕਿ ਪੰਜਾਬੀ ਦਾ ਕੁਆਂਟਮ ਘਟਾ ਦਿੱਤਾ ਜਾਵੇ ਪੰਜਾਬੀ ਦਾ ਕੁਆਂਟਮ ਘਟਾਉਣ ਦਾ ਮਤਲਬ ਹੀ ਇਹ ਆ ਕਿ ਉੱਥੇ ਦੀ ਜਿਹੜੀ ਹਾਇਰ ਅਥਾਰਟੀ ਆ ਉਹਦਾ ਪੰਜਾਬੀ ਭਾਸ਼ਾ ਪ੍ਰਤੀ ਇਰਾਦਾ ਜਿਹੜਾ ਭਾਵਨਾ ਜਿਹੜੀ ਆ ਉਹ ਮੰਦਭਾਗੀ ਆ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ
पर इस गल का तर्क नहीं दिखाई देता कि अंडर ग्रेजुएट कोर्सेज दे विचों तां तुसीं पंजाबी नूं चार छे सेमेस्टर चो कढ के चार च लैंदा दो च लै आंदा ते एमए च तुसीं कहिंदे कि इक रिलेटेड सबजैक्ट का पेपर आ जिहड़ा पंजाबी भाषा च पढ़ाया जाएगा इहदा अखां धूल झोंकण वाली गल आ इह इह मिट्टी अखां च पाउण वाली भी असां एमए तक लै गए जिहड़ी तुसीं बीए चो उड़ाती जिवें डॉक्टर गुरमुख होरां ने व्याख्या कीती आ ते उत्थों उन्हां दा पंजाबी प्रति सिंसियर होण दा कोई भी बिंदु दिखाई नहीं देता है आ मसला तो इस करके हाँ जी हाँ अमन नू आपां विच शामिल कर लिए ताकि उहदे विच थोड़ा जिहा अमन जिहड़ा एज ए स्टूडेंट एक्टिविस्ट तुसीं इह सारे प्रोसैस नू लगातार देख रहे हो ਪੰਜਾਬੀ ਯੂਨੀਵਰਸਿਟੀ ਚ ਨਾਰਮਲੀ ਇਹ ਮੈਸੇਜ ਇੱਕ ਦਿੱਤਾ ਜਾਂਦਾ ਪ੍ਰਭਾਵ ਇਹ ਦਿੱਤਾ ਜਾਂਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵਾਈਸ ਚਾਂਸਲਰ ਨੇ ਇਹ ਵੀ ਕਿਹਾ ਸੀ ਕਿ ਅਸੀਂ MBBS ਵੀ ਕੁਝ ਬੱਚਿਆਂ ਨੂੰ ਕਰਾ ਸਕਦੇ ਹਾਂ ਪੰਜਾਬੀ ਦੇ ਵਿੱਚ ਪੰਜਾਬੀ ਮੀਡੀਅਮ ਦੇ ਵਿੱਚ ਉਸ ਤਰੀਕੇ ਨਾਲ ਜੇ ਗਵਰਨਮੈਂਟ ਉਹਨਾਂ ਦੇ ਰੁਜ਼ਗਾਰ ਦੀ ਗਰੰਟੀ ਕਰ ਲਏ ਜਾਂ ਮਦਦ ਦੇ ਬਾਕੀ ਮਾਮਲਿਆਂ ਦੇ ਵਿੱਚ ਵੀ ਪੰਜਾਬੀ ਦੇ ਮਾਮਲੇ 'ਚ ਤਾਂ ਫਿਰ ਇਹ ਕਿਉਂ ਪ੍ਰਭਾਵ ਜਾਂਦਾ ਕਿ ਆਹ 'ਚ ਇੱਕ ਪਾਸੇ ਤਾਂ ਇਹ ਲੱਗ ਹੀ ਰਿਹਾ ਕਿ ਉਹ ਸੁਹਿਰਦ ਨੇ ਸਾਰੇ ਮਾਮਲਿਆਂ ਦੇ ਵਿੱਚ ਇਹਨਾਂ ਦੇ ਵਿੱਚ ਤਾਂ ਇਹ ਜਿਹੜਾ ਇੱਕ ਗੱਲ ਹੈ ਟੈਕਨੀਕਲੀ ਜਿਹੜੀ ਆ ਰਹੀ ਹੈ ਕਿ ਉਹਦੇ ਚ ਘਟਾਇਆ ਜਾ ਰਿਹਾ ਹੈ ਤਾਂ ਇਹ ਕਿਵੇਂ ਤੁਸੀਂ ਦੇਖਦੇ ਹੋ ਤੇ ਐਜ ਏ ਸਟੂਡੈਂਟ ਕੀ ਫੀਲ ਕਰ ਰਹੀ ਹੈ ਸਟੂਡੈਂਟ ਕਮਿਊਨਿਟੀ ਤੱਕ ਇਹ ਗੱਲ ਗਈ ਵੀ ਹੈ ਜੇ ਪੂਰੀ ਤਰ੍ਹਾਂ ਜਾਂ ਅਜੇ ਲਿਜਾਣਾ ਹੀ ਬਾਕੀ ਹੈ ਗੱਲ ਤਾਂ ਜੀ ਕਿਉਂਕਿ ਯੂਨੀਵਰਸਿਟੀ ਇਸ ਮਹੀਨੇ ਦੇ ਵਿੱਚ ਬੰਦ ਰਹੀ ਹੈ ਤੇ ਇੱਕ ਹਿੱਸੇ ਤੱਕ ਗਈ ਹੈ ਪਰ ਅਸੀਂ ਹੁਣ ਇਹਦੇ ਤੇ ਇੱਕ ਵੱਡਾ ਜਥੇਬੰਦੀਆਂ ਸਾਰੀਆਂ ਹੀ ਇੱਕ ਮੁੱਠ ਨੇ ਚਾਹੇ ਉਹ ਖੱਬੇ ਪੱਖੀ ਹੋਣ ਚਾਹੇ ਪੰਥਕ ਧਿਰਾਂ ਦੀਆਂ ਜਥੇਬੰਦੀਆਂ ਵਿਦਿਆਰਥੀਆਂ ਦੀਆਂ ਨੇ ਤਾਂ ਉਹ ਇੱਕ ਸਾਂਝੇ ਮੰਚ ਤੇ ਆ ਕੇ ਪਹਿਲੀ ਵਾਰੀ ਇਕੱਠੀਆਂ ਹੋਈਆਂ ਨੇ ਤਾਂ ਕਿ ਇਸ ਮੁੱਦੇ ਨੂੰ ਲਿਜਾਇਆ ਜਾ ਸਕੇ ਦੂਸਰਾ ਜਿਹੜਾ ਇਸ ਯੂਨੀਵਰਸਿਟੀ ਦੇ ਅੰਦਰ ਰਹਿੰਦਿਆਂ ਹੋਇਆਂ ਮੈਂ ਇੱਕ ਚੀਜ਼ ਨੋਟ ਕਰੀ ਆ ਕਿ ਇਸ ਯੂਨੀਵਰਸਿਟੀ 'ਚ ਇੱਕ ਪੂਰੀ ਲੌਬੀ ਇੱਕ ਤਰ੍ਹਾਂ ਦੀ ਇਹ ਬਣ ਚੁੱਕੀ ਹੈ ਜਿਹੜੀ ਪਹਿਲਾਂ ਸਾਨੂੰ ਵੀ ਇਹ ਭੁਲੇਖਾ ਸੀ ਕਿ ਇਹ ਕੋਈ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਨਵੀਂ ਸਿੱਖਿਆ ਨੀਤੀ ਨਾਲ ਜੁੜ ਕੇ ਜਾਂ ਇੱਕ ਤਕਨੀਕੀ ਪੱਖ ਤੋਂ ਜਾਂ ਇੱਕ ਹੋਰ ਚੀਜ਼ ਵੀ ਚੱਲੀ ਸੀ ਕਿ ਇਹ ਵਰਕਲੋਡ ਦੇ ਹਿਸਾਬ ਨਾਲ ਹੈਗਾ ਕਿ ਪੰਜਾਬੀ ਵਾਲਿਆਂ ਦੇ ਬੰਦੇ ਜਿਹੜੇ ਹੈਗੇ ਨੇ ਉਹ ਸੈਟਲ ਕਰਨ ਦਾ ਮਸਲਾ ਵਗੈਰਾ ਪਰ ਹੁਣ ਇਹ ਗੱਲ ਬਿਲਕੁਲ ਸਾਫ਼ ਹੋ ਕੇ ਬਾਹਰ ਆ ਚੁੱਕੀ ਹੈ ਕਿ ਅਜਿਹਾ ਕੋਈ ਮਸਲਾ ਨਹੀਂ ਹੈ ਇਹ ਬਿਲਕੁਲ ਇੱਕ ਐਂਟੀ ਜਿਹੜੀ ਪੰਜਾਬੀ ਦੇ ਵਿਰੋਧੀ ਇੱਕ ਮਾਨਸਿਕਤਾ ਦਾ ਪ੍ਰਗਟਾਵਾ ਇੱਥੇ ਹੋਇਆ ਜਿਹਦੇ 'ਚ ਮੈਂ ਜਿਹੜੀ ਇਹ ਮੀਟਿੰਗ ਹੋਈ ਹੈ ਉਹਦੇ ਬਾਰੇ ਵੀ ਜਿਹੜਾ ਵਾਈਸ ਚਾਂਸਲਰ ਦੇ ਪ੍ਰਤੀ ਵੀ ਸਾਨੂੰ ਇੱਕ ਇਤਰਾਜ਼ ਆ ਕਿ ਦੇਖਿਆ ਜਾਵੇ ਸੁਰਜੀਤ ਪਾਤਰ ਹੋਰਾਂ ਨੂੰ ਬੁਲਾਇਆ ਗਿਆ ਸੁਖਦੇਵ ਸਿਰਸਾ ਸੀਗੇ ਇਹਦੇ 'ਚ ਜਿਹੜੇ ਬਾਕੀ ਲੇਖਕ ਤੇ ਪ੍ਰੋਫੈਸਰ ਸਾਹਿਬ ਦੂਜੀਆਂ ਯੂਨੀਵਰਸਿਟੀਜ਼ ਦੇ ਪਰ ਮੀਟਿੰਗ ਦੇ ਵਿੱਚ ਹੁਣ ਜਾਂ ਤਾਂ ਉਹਨਾਂ ਨੂੰ ਵਰਤਿਆ ਗਿਆ ਬੁਲਾ ਕੇ ਕਿ ਇੱਕ ਤਰ੍ਹਾਂ ਮੇਰਾ ਮੰਨਣਾ ਇਹ ਆ ਕਿ ਉਹਨਾਂ ਦਾ ਅਪਮਾਨ ਕੀਤਾ ਗਿਆ ਕਿ ਉਹਨਾਂ ਤੋਂ ਘੰਟਾ ਘੰਟਾ ਮੀਟਿੰਗ 'ਚ ਨੂੰ ਸੰਬੋਧਨ ਕਰਾਇਆ ਗਿਆ ਕਿ ਮਾਤ ਭਾਸ਼ਾ ਇਹ ਹੈ ਮਾਤ ਭਾਸ਼ਾ ਇਹ ਹੈ ਇਹਦੇ ਇਹ ਫਾਇਦੇ ਨੇ ਪਰ ਜਦੋਂ ਗੱਲ ਫੈਸਲੇ ਦੀ ਆਈ ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਇਹਦਾ ਜਵਾਬ ਹੁਣ ਉਹੀ ਦੇ ਸਕਦੇ ਆ ਕਿ ਅੰਦਰ ਉਹ ਕੀ ਕਰਕੇ ਆਏ ਆ ਪਰ ਇਸ ਅਥਾਰਟੀ ਨੇ ਪ੍ਰਸ਼ਾਸਨ ਨੇ ਕਿਉਂਕਿ ਇਹ ਇਹਨਾਂ ਦੇ ਆਪਣੇ ਮੋਢਿਆਂ ਤੇ ਗੱਲ ਆ ਰਹੀ ਸੀ ਕਿ ਇਹ ਪੰਜਾਬੀ ਦੇ ਉਲਟ ਫੈਸਲਾ ਕੀਤਾ ਤਾਂ ਇਹਨਾਂ ਨੇ ਉਹਨਾਂ ਪੰਜਾਬ ਦੇ ਲੇਖਕ ਤੇ ਬੁੱਧੀਜੀਵੀਆਂ ਨੂੰ ਵੀ ਆਪਣੀ ਸਫਾਬੰਦੀ 'ਚ ਖੜਾ ਕਰਕੇ ਤਾਂ ਜਿਹੜਾ ਫਿਰ ਪ੍ਰੈਸ ਸਟੇਟਮੈਂਟ ਦਿੱਤੀ ਗਈ ਉਹ ਸਾਰੀ ਉਹਨਾਂ ਦੇ ਮੂੰਹੋਂ ਉਹ ਚੀਜ਼ ਕਢਾ ਕੇ ਦਿੱਤੀ ਗਈ ਕਿ ਇਹ ਫੈਸਲਾ ਅਸੀਂ ਬੜਾ ਚੰਗਾ ਕੀਤਾ ਔਰ ਇਹ ਪੰਜਾਬੀ ਦੇ ਪੱਖ 'ਚ ਫੈਸਲਾ ਹੈ ਪਰ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੋਣਾ ਤਾਂ ਇਹ ਚਾਹੀਦਾ ਕਿ ਆਪਣੇ ਕੋਲ ਬਹੁਤ ਸਾਰੀਆਂ ਯੂਨੀਵਰਸਿਟੀਆਂ ਹੈਗੀਆਂ ਜਿਵੇਂ ਇਹ ਗੱਲ ਪਹਿਲਾਂ ਚੱਲ ਚੁੱਕੀ ਹੈ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਵਿਧਾਨ ਤੋਂ ਪਾਸੇ ਜਾ ਰਹੀ ਹੈ ਤਾਂ ਇਹਦੇ 'ਚ ਇੱਕ ਚੀਜ਼ ਦੇਖੀਏ ਮੇਰਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਹੋਰ ਬਥੇਰੀਆਂ ਯੂਨੀਵਰਸਿਟੀਆਂ ਆਪਣੇ ਕੋਲ ਇਸ ਤਰ੍ਹਾਂ ਦੀਆਂ ਹੈਗੀਆਂ ਪੰਜਾਬੀ ਭਾਸ਼ਾ ਦੇ ਨਾਮ ਤੇ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਇੱਥੇ ਤਾਂ ਪੜ੍ਹਾਈ ਸਿਰਫ ਹੀ ਪੰਜਾਬੀ ਮਾਧਿਅਮ 'ਚ ਹੋਣੀ ਚਾਹੀਦੀ ਹੈ ਸਾਰਾ ਹੀ ਕੋਰਸ ਪੰਜਾਬੀ 'ਚ ਹੀ ਹੋਣ ਉਹਦਾ ਇੱਕ ਕਾਰਨ ਹੈ ਉਹਦਾ ਕਾਰਨ ਇਹ ਆ ਕਿ ਅਸੀਂ ਪਿਛਲੇ 1961 ਤੋਂ ਲੈ ਕੇ ਹੁਣ ਤੱਕ ਜੇ ਆਪਾਂ ਇਹ ਦੇਖੀਏ ਕਿ ਅਸੀਂ ਮੂਲ ਕੀ ਪੈਦਾ ਕੀਤਾ ਜਾਂ ਇਹਦੇ 'ਚ ਬੇਸਿਕ ਮੁੱਢਲਾ ਜੇ ਕੁਛ ਨਵਾਂ ਪੈਦਾ ਕੀਤਾ ਹੋਵੇ ਤਾਂ ਉਹਦਾ ਇੱਕ ਪੂਰਾ ਪੂਰਾ ਖੱਪਾ ਹੈਗਾ ਜੇ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਹੀ ਕਰਾਂਗੇ
ਤਾਂ ਆਉਣ ਵਾਲੇ 20-30 ਸਾਲਾਂ 'ਚ ਸਾਡੇ ਕੋਲ ਇੱਕ ਅਜਿਹਾ ਪੂਰ ਪੈਦਾ ਹੋ ਸਕਦਾ ਜਿਹੜਾ ਪੰਜਾਬ ਦੇ ਵਿੱਚ ਕੁਛ ਸਿਰਜਣਾਤਮਕ ਕਰਨ ਦੀ ਸਮਰੱਥਾ ਦੇ ਵਿੱਚ ਹੋ ਸਕਦਾ। ਤਾਂ ਇਸ ਦੇ ਵਿੱਚ ਇਹ ਜਿਹੜੀ ਇਹਨਾਂ ਦੀ ਗਲਤ ਮਾਨਸਿਕਤਾ ਹੈਗੀ ਹੈ, ਪੰਜਾਬੀ ਦੇ ਉਲਟ ਫੈਸਲਾ ਲਿਆ, ਅਸੀਂ ਇਹਦੇ ਖਿਲਾਫ਼ ਜਿਹੜਾ ਹੈਗਾ ਇਹ ਐਜੀਟੇਸ਼ਨ ਹੈ ਜਾਂ ਪ੍ਰੋਟੈਸਟ ਹੈ, ਅੰਦੋਲਨ ਕਰਨ ਵਾਲੇ ਪਾਸੇ ਵੀ ਜਿਹੜਾ ਹੁਣ ਤਿਆਰੀ ਦੇ ਵਿੱਚ ਹੈ, ਔਰ ਇਹਦਾ ਵਿਰੋਧ ਕਰਾਂਗੇ। ਪੰਜਾਬੀ ਦਾ ਲਾਜ਼ਮੀ ਪੰਜਾਬੀ ਦਾ ਵਿਸ਼ਾ ਇੱਕ ਗੱਲ ਹੈ, ਪੰਜਾਬੀ ਨੂੰ ਮਾਧਿਅਮ 'ਚ ਪੜ੍ਹਾਉਣਾ ਇੱਕ ਦੂਜੀ ਗੱਲ ਹੈ। ਇਹਨਾਂ ਨੇ ਇਹਨਾਂ ਦੋਨਾਂ ਗੱਲਾਂ ਨੂੰ ਰਲਗੱਡ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈਗਾ। ਡਾਕਟਰ ਗੁਰਮੁਖ ਸਿੰਘ, ਜਿਹੜਾ ਇੱਕ ਮਾਮਲਾ ਤਾਂ ਇਹ ਕਿ ਜਿਹੜੇ ਹੁਣ ਦੀ ਮੀਟਿੰਗ ਹੈ, ਜਿਹੜੇ ਫੈਸਲੇ ਫਾਈਨਲ ਹੋ ਗਏ, ਇੱਕ ਤਾਂ ਉਹ ਬੰਦਿਆਂ ਨੂੰ ਵੀ ਇਤਰਾਜ਼ ਹੈਗਾ ਹੀ ਹੈ ਇਹ ਕਿ ਜਿਹੜੇ ਜਿਹਨਾਂ ਨੂੰ ਸੱਦਿਆ ਗਿਆ ਪਰ ਫੈਸਲੇ 'ਚ ਇਨਵੋਲਵ ਨਹੀਂ ਕੀਤਾ ਗਿਆ। ਇਹ ਤਾਂ ਹੁੰਦਾ ਵੀ ਹੈ ਜਦੋਂ ਤੁਸੀਂ ਕਿਸੇ ਬੰਦੇ ਨੂੰ ਸੱਦਦੇ ਹੋ, ਹਾਂ ਜਾਂ ਇਹ ਕਹਿ ਕੇ ਹੀ ਸੱਦਦੇ ਹੋ ਉਹਨੂੰ ਕਿ ਤੁਹਾਡੀ ਐਡਵਾਈਸ ਹੀ ਚਾਹੀਦੀ ਹੈ, ਫੈਸਲਾ ਤਾਂ ਸਾਡੀ ਅਕਾਦਮਿਕ ਕੌਂਸਲ ਦਾ। ਜੇ ਟੈਕਨੀਕਲੀ ਦੇਖਿਆ ਜਾਏ ਤਾਂ ਆਫਟਰ ਆਲ ਯੂਨੀਵਰਸਿਟੀ ਦਾ ਫੈਸਲਾ ਤਾਂ ਅਕਾਦਮਿਕ ਕੌਂਸਲ ਦੇ ਮੈਂਬਰਾਂ ਨੇ ਹੀ ਕਰਨਾ, ਜਿਹੜੇ ਵੀ ਰਹਿਣਗੇ ਵਿਚਾਰ, ਚਾਹੇ ਤੁਸੀਂ ਜਿਹਦਾ ਮਰਜ਼ੀ ਲੈ ਸਕਦੇ ਹੋ। ਦੂਜਾ ਸਾਈਡ ਇਹ ਵੀ ਹੈ, ਪਰ ਨਾਲ ਦੀ ਨਾਲ ਇਹ ਹੈ ਕਿ ਈਵਨ ਕਦੇ ਤਾਂ ਹੌਲੀ ਹੌਲੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ 2020 ਉਹ ਲਾਗੂ ਕਰਨੀ ਹੀ ਪਏਗੀ, ਉੱਧਰ ਨੂੰ ਜਾਣਾ ਹੀ ਪਏਗਾ। ਉਸ ਮਾਮਲੇ 'ਚ ਇਕੱਲਾ ਉੱਥੇ ਤਾਂ ਉਹ ਵੀ ਨਹੀਂ ਖੜ ਸਕਦੀ, ਆਈਸੋਲੇਸ਼ਨ 'ਚ ਤਾਂ ਕੋਈ ਵੀ ਯੂਨੀਵਰਸਿਟੀ ਨਹੀਂ ਵਿਚਰੂਗੀ ਉਸ ਮਾਮਲੇ ਦੇ ਵਿੱਚ। ਉਹਦੇ 'ਤੇ ਸੁਹਿਰਦਤਾ ਨਾਲ ਕਿੰਨੀ ਕੁ ਗੱਲ ਹੋ ਰਹੀ ਹੈ, ਜਾਂ ਇਹ ਜਿਹੜੀ ਪਹਿਲੀ ਜਿਹੜਾ ਹੋਣ ਵਾਲਾ ਸਟੈਪ ਸੀ, ਇਹ 'ਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਕਿ ਇਮੀਡੀਏਟ ਆਹ ਕੀਤੀਆਂ ਜਾ ਸਕਦੀਆਂ ਨੇ, ਜਾਂ ਉਹ ਪਾਲਿਸੀ ਦੇ ਐਂਗਲ ਤੋਂ ਅੱਗੇ ਤਿਆਰੀ ਕੀ ਕੀਤੀ ਜਾ ਸਕਦੀ? ਇਸ ਤੋਂ ਪਹਿਲਾਂ ਤੁਹਾਡਾ ਇੱਕ ਦੋ ਗੱਲਾਂ ਹੋਰ ਸਾਂਝੀਆਂ ਕਰਨੀਆਂ ਨੇ ਕਿ ਇਹ ਮਸਲਾ ਬਹੁਤ ਗੰਭੀਰ ਆ ਪੰਜਾਬੀ ਯੂਨੀਵਰਸਿਟੀ 'ਚ ਪੰਜਾਬੀ ਲਾਗੂ ਕਰਨ ਦਾ, ਇਸ ਕਰਕੇ ਕਿ ਹੁਣ ਤਾਂ ਥੋੜੇ ਜਿਹੇ ਲੜਨ ਵਾਲੇ ਲੋਕ ਹੈਗੇ ਆ, ਹੌਲੀ ਹੌਲੀ ਯੂਨੀਵਰਸਿਟੀ ਦੇ ਵਿੱਚ ਉੱਚੇ ਅਹੁਦਿਆਂ ਤੇ, ਹੁਣ ਵੀ ਉੱਚੇ ਅਹੁਦਿਆਂ ਤੇ ਉਹ ਲੋਕ ਨੇ, ਥੋੜੇ ਅਹੁਦੇ ਨੇ ਜਿਨ੍ਹਾਂ ਤੇ ਪੰਜਾਬੀ ਪੱਖੀ ਲੋਕ ਨੇ, ਹੌਲੀ ਹੌਲੀ ਸਾਰੇ ਅਹੁਦਿਆਂ ਤੇ, ਕਿਉਂਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਜਾਂ ਜਿਹੜੇ ਸੋਸ਼ਲ ਸਾਇੰਸਿਸ ਨੇ ਲੈਂਗੁਏਜ ਉਹਦੇ 'ਚ ਤਾਂ ਭਰਤੀ ਕੀਤੀ ਨਹੀਂ ਹੋਰ ਸਬਜੈਕਟਸ ਦੇ ਵਿੱਚ, ਉਹੀ ਲੋਕ ਫਿਰ ਉੱਚੇ ਅਹੁਦਿਆਂ ਤੇ ਆ ਜਾਣਗੇ। ਤਾਂ ਜਿਹੜਾ ਪੰਜਾਬੀ ਪ੍ਰਤੀ ਨਜ਼ਰੀਆ ਉਹ ਹੋਰ ਵਿਰੋਧੀ ਹੋਣ ਦੀ ਸੰਭਾਵਨਾ, ਹੁਣ ਕਾਰਨ ਕੀ ਹੈ ਵੀ ਉਹ ਵਿਰੋਧੀ ਕਿਉਂ ਆ? ਕੀ ਉਹ ਜਾਣਬੁੱਝ ਕੇ ਸਾਜਿਸ਼ ਕਰ ਰਹੇ ਨੇ? ਕੀ ਉਹਨਾਂ ਨੂੰ ਸਮਝ ਨਹੀਂ ਹੈਗੀ ਕਿ ਪੰਜਾਬੀ ਪੰਜਾਬ ਦੇ ਲੋਕਾਂ ਲਈ ਕਿੰਨੀ ਲਾਜ਼ਮੀ ਆ? ਜਾਂ ਉਹ ਅੰਗਰੇਜ਼ੀ ਦੇ ਗੁਲਾਮ ਇੰਨੇ ਆ ਕਿ ਉਹ ਸਮਝਣ ਲਈ ਤਿਆਰ ਨਹੀਂ ਹੈਗੇ ਕਿ ਅਸੀਂ ਇਹਦੇ ਤੋਂ ਬਾਹਰ ਆ ਕੇ ਕਰਨਾ? ਸੋ ਮੁੱਦਾ ਦਿਨੋ ਦਿਨ ਗੰਭੀਰ ਹੋ ਰਿਹਾ। ਇਹ ਇਸ ਤਰ੍ਹਾਂ ਵੀ ਵਾਪਰਿਆ ਕਿ ਉਸ ਮੀਟਿੰਗ ਦੇ ਵਿੱਚ ਹੈਰਾਨੀ ਦੀ ਗੱਲ ਆ ਵੀ ਇੱਕ ਬੰਦੇ ਨੇ ਇਹ ਕਹਿਤਾ ਕਿ ਕਿਸੇ ਹੋਰ ਸਬਜੈਕਟ ਦੇ ਪ੍ਰੋਫੈਸਰ ਨੇ ਕਿ ਜੀ ਇਹ ਤਾਂ ਫੰਡਾਮੈਂਟਲਿਜ਼ਮ ਨੂੰ ਵਧਣ ਵਾਲੀ ਗੱਲ ਆ ਕਿ ਜੇ ਤੁਸੀਂ ਪੰਜਾਬੀ ਦੀ ਮੰਗ ਕਰਦੇ। ਮਤਲਬ ਪੰਜਾਬੀ ਯੂਨੀਵਰਸਿਟੀ ਜਿਹੜੀ ਜਦੋਂ ਮਤਲਬ ਆਪਦੇ ਆਪ ਨੂੰ ਪੇਸ਼ ਕਰਦੀ ਆ, ਸਭ ਤੋਂ ਪਹਿਲੀ ਇਹ ਗੱਲ ਕਹਿੰਦੀ ਆ ਕਿ ਅਸੀਂ ਪੰਜਾਬੀ ਭਾਸ਼ਾ ਲਈ ਬਣੀ ਹੋਈ ਯੂਨੀਵਰਸਿਟੀ ਆ, ਤੇ ਉਸ ਯੂਨੀਵਰਸਿਟੀ ਦਾ ਕੋਈ ਪ੍ਰੋਫੈਸਰ ਇਹ ਕਹਿਣ ਲੱਗ ਜਾਵੇ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣਾ ਜਾਂ ਪੰਜਾਬੀ ਭਾਸ਼ਾ ਨੂੰ ਮਾਧਿਅਮ ਦੇ ਤੌਰ ਤੇ ਵਰਤਣਾ ਇੱਕ ਫੰਡਾਮੈਂਟਲਿਜ਼ਮ ਵੱਲ ਨੂੰ ਵਧਣ ਵਾਲੀ ਗੱਲ ਆ, ਇਦੋਂ ਗੰਭੀਰ ਸੰਕਟ ਦੀ ਗੱਲ ਕੀ ਹੋ ਸਕਦੀ ਆ? ਜਿਹੜੀ ਅਮਨ ਹੋਰਾਂ ਨੇ ਲੋਬੀ ਦੀ ਗੱਲ ਕੀਤੀ ਆ, ਬੇਸ਼ੱਕ ਇਸ ਤਰ੍ਹਾਂ ਦੀ ਗੱਲ ਵਾਪਰ ਰਹੀ ਆ ਕਿ ਵੀ ਅੰਦਰੋਂ ਅੰਦਰੀ ਇਹ ਮੁੱਦਾ ਖੜਾ ਕੀਤਾ ਜਾ ਰਿਹਾ ਕਿ ਪੰਜਾਬੀ ਵਾਲੇ ਇਕੱਲੇ ਇੱਕ ਪਾਸੇ, ਬਾਕੀ ਸਾਰੀ ਯੂਨੀਵਰਸਿਟੀ ਸਾਰੀ ਆ ਉਹ ਉਹਨਾਂ ਚੋਂ ਬਹੁ ਗਿਣਤੀ ਇੱਕ ਪਾਸੇ, ਉਹਦੇ ਵਿੱਚ ਪ੍ਰਸ਼ਾਸਨ ਇੱਕ ਬਹੁਤ ਛੋਟੀ ਧਿਰ ਆ। ਮੈਂ ਕਿਉਂਕਿ ਇਸ ਦੇ ਵਿੱਚ ਇਨਵੋਲਵ ਰਿਹਾ ਸ਼ੁਰੂ ਤੋਂ, ਮੈਨੂੰ ਲੱਗਦਾ ਕਿ ਮਹਿਸੂਸ ਹੁੰਦਾ ਕਿ ਵਾਈਸ ਚਾਂਸਲਰ ਸ਼ਾਇਦ ਇਹ ਸਾਰੀਆਂ ਚੀਜ਼ਾਂ ਲਾਗੂ ਕਰਾਉਣਾ ਚਾਹੁੰਦੇ ਸੀ, ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੱਡੀ ਲੋਬੀ ਦੂਜੇ ਪਾਸੇ ਆ, ਉਹਨਾਂ ਨੇ ਸਾਰੀ ਮੀਟਿੰਗ ਨੂੰ ਇਸ ਤਰੀਕੇ ਨਾਲ ਚਲਾਇਆ ਕਿ BA ਦੇ ਵਿੱਚ ਜਾਂ ਅੰਡਰ ਗ੍ਰੈਜੂਏਟ ਕੋਰਸਿਸ ਦੇ ਵਿੱਚ ਜਿਹੜੀ ਆ ਉਹ ਲਾਜ਼ਮੀ ਪੰਜਾਬੀ ਲਾਗੂ ਕਰਨ ਵਾਲੀ ਗੱਲ ਤੁਰ ਹੀ ਨਹੀਂ ਰਹੀ। ਜਦੋਂ ਤੁਸੀਂ ਇਹ ਕਿਸੇ ਤੋਂ ਪੁੱਛਦੇ ਹੋ, ਸਾਰੇ ਬੈਠੇ ਮੈਂਬਰਾਂ ਤੋਂ ਇਹ ਪੁੱਛਿਆ ਜਾਂਦਾ ਕਿ ਅਸੀਂ ਕਹਿੰਦੇ ਹਾਂ ਕਿ ਜੀ ਪੰਜਾਬੀ ਲਾਗੂ ਕੀਤੀ ਜਾਵੇ, ਦੱਸੋ ਜੀ ਕਿੰਨੇ ਬੰਦੇ ਹੱਕ 'ਚ ਨੇ? ਹੱਥ ਖੜੇ ਹੁੰਦੇ ਆ 2 ਜਾਂ 3 ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਵਿਸ਼ਾ ਲਾਗੂ ਕਰਨ, 3 ਹੱਥ ਖੜੇ ਹੁੰਦੇ ਆ 20 ਜਾਂ 25 ਬੰਦਿਆਂ ਦੀ ਮੀਟਿੰਗਸ ਦੇ ਵਿੱਚੋਂ। ਇਹਦਾ ਮਤਲਬ ਪੰਜਾਬੀ ਯੂਨੀਵਰਸਿਟੀ ਇਕੱਲੀ ਲੋਕਤੰਤਰਿਕ ਤਰੀਕੇ ਨਾਲ ਨਹੀਂ ਪੰਜਾਬੀ ਨੂੰ ਲਾਗੂ ਕਰਵਾ ਸਕਦੀ, ਤੇ ਨਾ ਇਹ ਲੋਕਤੰਤਰਿਕ ਤਰੀਕੇ ਵਾਲਾ ਮੁੱਦਾ, ਇਹ ਰਾਜਸੀ ਵੀ ਆ, ਭਾਵੁਕ ਵੀ ਆ ਤੇ ਲਾਜ਼ਮੀ ਵੀ ਆ। ਤੇ ਤੁਸੀਂ ਇਹ ਜੇ ਲੋਕਤੰਤਰਿਕ ਕਰਦੇ ਵੀ ਹੋ ਤਾਂ ਉਹਨਾਂ ਨੂੰ ਉਹ ਇੰਨੇ ਐਜੂਕੇਟ ਨਹੀਂ ਹੈਗੇ ਕਿ ਉਹ ਇਹ ਅਹਿਮੀਅਤ ਸਮਝ ਸਕਣ ਕਿ ਪੰਜਾਬੀ ਪੰਜਾਬ ਲਈ ਕਿੰਨੀ ਲਾਜ਼ਮੀ ਆ। ਤੇ ਜਿਹੜਾ ਬੰਦਾ ਐਜੂਕੇਟ ਨਹੀਂ ਹੈਗਾ ਤੇ ਤੁਸੀਂ ਉਹਦੇ ਹੱਥ 'ਚ ਸਾਰੇ ਅਧਿਕਾਰ ਦੇ ਦਿੰਦੇ ਹੋ, ਤੇ ਪੰਜਾਬੀ ਨੂੰ ਚੱਕ ਕੇ ਉਹ ਅਕੈਡਮਿਕ ਕੌਂਸਲ ਕੋਈ ਬੁੱਕ ਤੇ ਨਹੀਂ ਦਿੰਦੀ ਹੈਗੀ, ਤਾਂ ਸਾਨੂੰ ਇਸ ਮਸਲੇ ਬਾਰੇ ਦੁਬਾਰੇ ਤੋਂ ਵਿਚਾਰਨ ਦੀ ਲੋੜ ਆ। ਤੇ ਨਿਊ ਐਜੂਕੇਸ਼ਨ ਪਾਲਿਸੀ ਜਦੋਂ
हले तो असं कह सोच रहे हैं भी लागू ना करिए पर देखते हैं किन्नी देर बचते हैं। सो उहदे लई तैयारियां तो इन तैयारियां नाले होनिया ने। जे असी हुण अंडर ग्रेजुएट दे सारे कोर्सां दे विच पंजाबी लागू करते हैं फिर असी लड़न लई होर तैयार होवांगे, पर जे असी हुण ही नाप तोल करन लग गए कि जी किन्ने बंदे हक च ने ते किन्ने बंदे विरोध च ने फिर तो यह मसला बहुत गंभीर होगा। इस करके भी गंभीर होगा कि मैनू याद आ कि एक बार एक किसी सबजैक्ट दे विच वायवा लिया जा रहा सी, उहदे विच उह बच्चा ना कोई होर स्टूडेंट उहदे कोल खड़ा सी ते उस विद्यार्थी तो ना अंग्रेजी नहीं बोली जा रही सी ते जिहड़ा अध्यापक सी उहनू बार बार कह रहा सी नहीं मैं तेरा वायवा अंग्रेजी च लैणा पंजाबी नहीं तू बोल सकता हैगा। ते तुसीं अंदाजा लाओ कि उस बच्चे की मानसिकता ते की असर पिया होगा, पंजाबी यूनिवर्सिटी च पढ़ रहा हो ते उहनू अंग्रेज पंजाबी नहीं बोलन दित्ती जांदी। हुणे फिजिक्स डिपार्टमेंट दे विचों ऑर्डिनेंस आए सी जिहड़े मैं वाइस चांसलर को मुद्दा उठाया ते उन्होंने कहा कि इह च बदल दांगे ते ऑर्डिनेंस दे विच इह लिखिया होया सी कि जिहड़ा मीडियम ऑफ इंस्ट्रक्शन होगा जां मीडियम ऑफ एग्जामीनेशन होगा वह इंग्लिश होगा, जदों कि पंजाबी यूनिवर्सिटी दे विच रवायत हमेशा रही आ कि अंग्रेजी दे नाल नाल जिहड़ा पंजाबी मीडियम आ उहदी स्पेस जिहड़ी आ उह मिलदी रही आ। तां इह लोक एजुकेट होना नहीं चाहते, अपने आप नूं जाणू नहीं करवाना चाहते, जाण बुझ के जां अंग्रेजी का दबदबा इन्ना, यह स्थिति सचमुच बहुत गंभीर बनी हुई है ते इहदे बारे बहुत वड्डे पद्धर ते जिहड़ी आ उह गलबात होनी चाहीदी है ते इसे हिस्से दे विचों आपां अज बैठे गलबात कर भी रहे। डॉक्टर सरबजीत जिहड़ा पंजाब जदों मुद्दा आया हुंदा पंजाब च मेरे याद आ जदों 97 च जथेदार तोता सिंह एजुकेशन मिनिस्टर सीगे ते काफी मीटिंगां मूटिंगां जिहा करके उन्होंने अनाउंस करता जी पहली तो प्राइमरी तो अंग्रेजी लागू करन दा ते प्लस सरकारी स्कूलां च भी मीडियम अंग्रेजी दा भी नाल के कुछ स्कूल इहो जिहे बनावांगे जिथे सारा कुछ होएगा। उदों भी इक डिबेट जिहड़ी चलदी है फिर एक सवाल पैदा हुंदा उदों उह लॉजिक दिंदे ने मोड़ के जिहड़े भी बंदे पंजाबी दे फील्ड च कम करदे ने पंजाबी बारे कि तुहाडे जवाक तां उहनां स्कूलां च पढ़दे ने कॉन्वेंट स्कूलां च जिथे जाके जी ਤੁਸੀਂ ਕਹਿੰਦੇ ਹੋ ਮਤਲਬ ਪੰਜਾਬੀ ਲਾਗੂ ਦੂਜਿਆਂ ਚ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਤੁਸੀਂ ਬਰਾਬਰ ਨਹੀਂ ਆਉਣ ਦੇਣਾ ਚਾਹੁੰਦੇ। ਕਈ ਵਾਰ ਇਹ ਹੁੰਦਾ ਨਾ ਵੀ ਉੱਥੇ ਗਰੀਬ ਦੇ ਬੱਚੇ ਰਹਿ ਗਏ ਜੀ ਸਰਕਾਰੀ ਸਕੂਲਾਂ ਚ ਤਾਂ ਬਾਕੀ ਜਗ੍ਹਾ, ਇੱਕ ਇਹ ਜਿਹੜੀ ਬਿਰਤਾਂਤ ਸਿਰਜਿਆ ਜਾਂਦਾ ਹੈ ਵੀ ਇਕੱਲਾ ਅੰਗਰੇਜ਼ੀ ਪੜ੍ਹਨ ਵਾਲਾ ਹੀ ਡਿਵੈਲਪ ਹੋਏਗਾ ਜਾਂ ਉੱਧਰ ਇਸ ਲੈਵਲ ਤੇ ਜਾਏਗਾ, ਇੰਪਲਾਇਮੈਂਟ ਦਾ ਮੁੱਦਾ ਵੀ ਉਹਦੇ ਨਾਲ ਜੁੜਿਆ ਹੀ ਹੋਇਆ, ਮਤਲਬ ਰੁਜ਼ਗਾਰ ਦਾ ਮੁੱਦਾ ਵੀ ਜੁੜਿਆ ਹੀ ਹੋਇਆ। ਇਹ ਸਾਰਾ ਜਿਹੜਾ ਨੈਰੇਟਿਵ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਾਂ ਕਿਵੇਂ ਇਹਨੂੰ ਮਤਲਬ ਕਾਊਂਟਰ ਕਰਨ ਦੀ ਕੋਈ ਗੱਲ ਜਿਹੜੇ ਪੰਜਾਬੀ ਪ੍ਰੇਮੀ ਲੋਕ ਨੇ ਕਰਦੇ ਨੇ ਕਰਜਾ ਕਰਨਾ ਚਾਹੀਦਾ? ਉਹਦੇ ਵਿੱਚ ਹਰਮੀਤ ਸਿੰਘ ਜੀ ਦੋ ਤਿੰਨ ਗੱਲਾਂ ਨੇ। ਮੇਰਾ ਹਮੇਸ਼ਾ ਯਕੀਨ ਵੀ ਰਿਹਾ ਔਰ ਮੇਰੀ ਆਪਣੀ ਸਮਝ ਵੀ ਆ ਕਿ ਕੋਈ ਵੀ ਭਾਸ਼ਾ ਉਦੋਂ ਤੱਕ ਨਹੀਂ ਬਚ ਸਕਦੀ ਜਦੋਂ ਤੱਕ ਉਹ ਗਿਆਨ ਵਿਗਿਆਨ ਸਿੱਖਿਆ ਤੇ ਰੁਜ਼ਗਾਰ ਦਾ ਮਾਧਿਅਮ ਨਹੀਂ ਹੋ। ਔਰ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਨਾਲ ਕਈ ਵਾਰੀ ਇਹ ਗੱਲ ਉਠਾਈ ਜਾਂਦੀ ਆ ਕਿ ਪੰਜਾਬ ਵੀ ਪੰਜਾਬੀ ਇਸ ਲਈ ਇਹ ਕਰਨੀ ਚਾਹੁੰਦੇ ਆ ਤਾਂ ਕਿ ਇਹਨਾਂ ਦੇ ਰੁਜ਼ਗਾਰ ਦਾ ਮਸਲਾ, ਤਾਂ ਸਾਨੂੰ ਇਸ ਗੱਲ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਸ਼ਰਮਸਾਰੀ ਨਹੀਂ ਮਹਿਸੂਸ ਕਰਨੀ ਚਾਹੀਦੀ ਕਿਉਂਕਿ ਹਰ ਸਬਜੈਕਟ ਦਾ ਰੁਜ਼ਗਾਰ ਦਾ ਮਸਲਾ ਹੈ, ਪੰਜਾਬੀ ਦਾ ਇਕੱਲਾ ਹੀ ਥੋੜ੍ਹੀ ਆ, ਪੰਜਾਬੀ ਦਾ ਇਕੱਲਾ ਥੋੜ੍ਹੀ। ਨੰਬਰ ਇੱਕ। ਨੰਬਰ ਦੋ, ਜਿੱਥੋਂ ਤੱਕ ਤੁਸੀਂ ਇਹ ਸਵਾਲ ਖੜਾ ਕੀਤਾ ਕਿ ਜੀ ਅੰਗਰੇਜ਼ੀ ਮਾਧਿਅਮ ਸਕੂਲਾਂ ਦਾ ਜਾਂ ਇਹ ਆ, ਇਹ ਅਸਲ ਦੇ ਵਿੱਚ ਇੱਕ ਮਿੱਥ ਅਸੀਂ ਬਣਾ ਦਿੱਤੀ ਗਈ ਕਿ ਅੰਗਰੇਜ਼ੀ ਪੜ੍ਹ ਕੇ ਹੀ ਅੱਗੇ ਵਧਿਆ ਜਾ ਸਕਦਾ, ਅੰਗਰੇਜ਼ੀ ਪੜ੍ਹ ਕੇ ਵੱਡੇ ਕੰਪੀਟੀਸ਼ਨਾਂ 'ਚ ਬੈਠਿਆ ਜਾ ਸਕਦਾ, ਅੰਗਰੇਜ਼ੀ ਪੜ੍ਹ ਕੇ IAS IPS ਬਣਿਆ ਜਾ ਸਕਦਾ, ਅੰਗਰੇਜ਼ੀ ਦੇ ਮਾਧਿਅਮ ਹੀ TCS ਬਣਿਆ ਜਾ ਸਕਦਾ। ਇਹ ਬਿਲਕੁਲ ਮਿੱਥ ਆ ਔਰ ਵਾਹੀਆਤ ਮਿੱਥ ਆ। ਔਰ ਦੁਨੀਆਂ ਦੇ ਵਿੱਚ ਅੰਗਰੇਜ਼ੀ ਦੀ ਪੋਜੀਸ਼ਨ ਇਹ ਆ ਕਿ ਮੈਂ ਟੋਟਲ ਦੁਨੀਆਂ ਦੀ ਗੱਲ ਕਰਦਾ ਕਿ 8% ਲੋਕ ਨੇ ਜਿਹੜੇ ਅੰਗਰੇਜ਼ੀ ਜਾਂ ਪੜ੍ਹ ਸਕਦੇ ਨੇ ਜਾਂ ਬੋਲ ਸਕਦੇ ਨੇ ਜਾਂ ਸਮਝ ਸਕਦੇ ਨੇ, 92% ਪਾਪੂਲੇਸ਼ਨ ਆ ਜਿਹੜੀ ਦੁਨੀਆਂ ਦੀ ਉਹ ਅੰਗਰੇਜ਼ੀ ਬੋਲ ਪੜ੍ਹ ਲਿਖ ਨਹੀਂ ਸਕਦੀ। ਇਹ ਮਿੱਥਾ ਹੈ, ਬਹੁਤ ਗਲਤ। ਇਹ ਬਿਲਕੁਲ ਕਲੋਨੀਅਲ ਪੀਰੀਅਡ ਦੀ ਬਣਾਈ ਹੋਈ ਮਾਨਸਿਕਤਾ। ਅੰਗਰੇਜ਼ਾਂ ਨੂੰ ਤਾਂ ਅੰਗਰੇਜ਼ੀ ਦੀ ਇਸ ਕਰਕੇ ਜ਼ਰੂਰਤ ਸੀ ਕਿ ਉਹਨਾਂ ਨੇ ਭਾਰਤੀਆਂ ਕੋਲੋਂ ਆਪਣੇ ਬਹੁਤ ਸਾਰੇ ਹਿੱਤਾਂ ਨੂੰ ਲੁਕਾ ਕੇ ਰਾਸੀ ਰੂਪ 'ਚ ਪੂਰਿਆਂ ਕਰਨਾ ਸੀ। ਭਾਰਤੀਆਂ ਦੀ ਕਾਹਦੀ ਮਜਬੂਰੀ ਆ? ਕੋਈ ਮਜਬੂਰੀ ਨਹੀਂ, ਇਹ ਗੁਲਾਮ ਮਾਨਸਿਕਤਾ ਸਾਰੀ ਦੀ ਸਾਰੀ। ਜਿੱਥੋਂ ਤੱਕ ਤੁਸੀਂ ਤੋਤਾ ਸਿੰਘ ਤੋਂ ਲੈ ਕੇ ਇਹ ਗੱਲ ਕੀਤੀ ਆ, ਮੈਂ ਬਹੁਤ ਸਪਸ਼ਟ ਰੂਪ 'ਚ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਜਾਂ ਪੰਜਾਬੀਆਂ ਦੀ ਕਹਿਣ ਵਾਲੀ ਪਾਰਟੀ ਅਕਾਲੀ ਦਲ, ਉਸਨੇ ਅੰਗਰੇਜ਼ੀ ਲਾਗੂ ਕੀਤੀ ਸੀ
और अकाली दल भी पंजाबी प्रति बिल्कुल सिंसियर नहीं। 2008 दे विच दोबारा जो पंजाबी भाषा एक्ट पास हुंदा, बहुत समझने वाली गल है, फिर भी बादल साहब होरी उदो जो मुख्यमंत्री सन उस एक्ट दे विच सजा की धारा अज तक नहीं जोड़ी गई जिहड़ी लक्ष्मण सिंह गिल वेले तो बरकरार है। इन्हां दा पंजाबी प्रति जानी कहण दा मतलब जिहड़ियां पोलिटिकल पार्टियां ने जिहड़ा तुसीं मसला उठाया ਉਹ ਪੰਜਾਬੀ ਦੇ ਨਾਂ ਤੇ ਵੋਟਾਂ ਤਾਂ ਲੈ ਸਕਦੀਆਂ ਨੇ, ਵੋਟਾਂ ਰੋਟੀਆਂ ਸੇਕ ਸਕਦੀਆਂ ਨੇ, ਪਰ ਪੰਜਾਬੀ ਪ੍ਰਤੀ ਇਸ ਕਿਸਮ ਦਾ ਡਿਟਰਮੀਨੇਸ਼ਨ ਨਹੀਂ ਹੈ ਜਿਸ ਕਿਸਮ ਦਾ ਸਾਡੇ ਕੋਲੇ ਦੱਖਣ ਦੀਆਂ ਭਾਸ਼ਾਵਾਂ ਦਾ। ਤੁਸੀਂ ਦੇਖ ਲਓ ਤਾਮਿਲ ਹੋਵੇ, ਮਲਿਆਲਮ ਹੋ, ਦੂਜੇ ਹੋਣ, ਉਹ ਬਿਲਕੁਲ ਨਹੀਂ ਖੜਾ ਦਿੰਦੇ, ਔਰ ਸਾਡੇ ਇੱਥੇ ਕੋਈ ਪ੍ਰੋਬਲਮ ਨਹੀਂ। ਜੇ ਬੋਰਡ ਦੇ ਵਿੱਚ ਉੱਪਰ ਅੰਗਰੇਜ਼ੀ ਲਿਖ ਦਿਓ, ਫਿਰ ਹਿੰਦੀ ਲਿਖ ਦਿਓ, ਫਿਰ ਪੰਜਾਬੀ ਲਿਖ ਦਿਓ, ਕੋਈ ਤਕਲੀਫ ਨਹੀਂ, ਨਾ ਸਰਕਾਰ ਨੂੰ ਨਾ ਹੋ। ਤੋ ਇਸ ਕਰਕੇ ਇਹ ਮਾਨਸਿਕਤਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਇਹ ਬਿਲਕੁਲ ਬਦਲਣ ਦੀ ਲੋੜ ਹੈ। ਬਹੁਤ ਲਿਖਿਆ ਜਾਣਾ ਚਾਹੀਦਾ। ਅਸੀਂ ਕੇਂਦਰੀ ਸਭਾ 'ਚ ਕੰਮ ਕਰਦੇ ਰਹੇ ਹਾਂ, ਨਿੱਕੀਆਂ ਨਿੱਕੀਆਂ ਸਭਾਵਾਂ 'ਚ ਜਾ ਕੇ ਕਨਵੈਨਸ਼ਨਾਂ ਕਰਕੇ, ਰੈਲੀਆਂ ਕਰਕੇ ਲੋਕਾਂ ਤੱਕ ਗੱਲ ਲੈ ਕੇ ਜਾਂਦੇ ਰਹੇ ਹਾਂ। ਬਹੁਤ ਲਿਖਿਆ ਪੜਿਆ ਲਗਾਤਾਰ ਇਹ ਕਰਦੇ ਹਾਂ, ਪਰ ਇਸਦੇ ਬਾਵਜੂਦ ਅੰਤਮ ਮਸਲਾ ਹਮੀਰ ਸਿੰਘ ਜੀ ਇਹ ਆ ਕਿ ਭਾਸ਼ਾ ਦਾ ਮਸਲਾ ਰਾਜਨੀਤਿਕ ਮਸਲਾ। ਆਪ ਸਰਕਾਰ ਦੇ ਵੋਟ ਲੱਗੇ ਦਾ ਮਿਲ ਜਾਣਗੇ ਪੰਜਾਬੀ, ਪੰਜਾਬੀਆਂ ਦੀ ਸ਼ਾਨ, ਪੰਜਾਬੀ ਯੂਨੀਵਰਸਿਟੀ 'ਚ ਮਸਲਾ ਚੱਲ ਰਿਹਾ, ਕਿਉਂ ਨਹੀਂ ਭਗਵੰਤ ਮਾਨ ਉਹਦੇ 'ਚ ਸਿੱਧਾ ਦਖਲ ਦਿੰਦੇ, ਕਿਉਂ ਨਹੀਂ ਐਜੂਕੇਸ਼ਨ ਮਿਨਿਸਟਰ ਉਹਦੇ 'ਚ ਸਿੱਧਾ ਦਖਲ ਦਿੰਦਾ ਕਿ ਪੰਜਾਬੀ ਯੂਨੀਵਰਸਿਟੀ ਦਾ ਵਿਧਾਨ ਤੇ ਮੈਂਡੇਟ ਇਹ ਆ, ਤੁਸੀਂ ਇਸ ਨੂੰ ਓਵਰਲੁੱਕ ਕਰਕੇ ਕਿਵੇਂ ਅੱਗੇ ਤੁਰ ਜਾਓਗੇ। ਔਰ ਰਾਸੀ ਤੌਰ 'ਤੇ ਇਹਦੇ ਵਿੱਚ ਦਖਲ ਅੰਦਾਜ਼ੀ ਦੀ ਜ਼ਰੂਰਤ ਆ। ਸਭਾਵਾਂ, ਜਥੇਬੰਦੀਆਂ, ਤੁਹਾਡੇ ਵਰਗੇ ਦੋਸਤ ਮਿੱਤਰ ਆਪਣੇ ਵਰਗੇ ਬਹਿਸ ਵੀ ਕਰਨਗੇ, ਸੰਘਰਸ਼ ਵੀ ਕਰ ਲੈਣਗੇ, ਸਾਰਾ ਕੁਝ ਕਰਨਗੇ, ਪਰ ਮਸਲਾ ਰਾਜਨੀਤਿਕ ਤੌਰ ਤੇ ਹੱਲ ਹੋਣਾ, ਭਾਸ਼ਾ ਦਾ ਮਸਲਾ ਭਾਵੁਕਤਾ ਨਾਲ ਹੱਲ ਹੈ। ਅਮਨ, ਜਿਹੜਾ ਆਪਾਂ ਦੇਖਦੇ ਹਾਂ ਪੰਜਾਬ 'ਚ ਇੱਕ ਮਾਹੌਲ ਹੈ ਬੜਾ, ਅੱਜ ਕੱਲ੍ਹ ਮੈਨੂੰ ਲੱਗਦਾ ਸਭ ਤੋਂ ਬੜੀ ਡਿਗਰੀ ਉਹ ਬਣਾ ਦਿੱਤੀ ਗਈ ਹੈ ਆਈਲੈਟਸ ਤੋਂ, ਹਰ ਜਗ੍ਹਾ ਨਾ ਉਹ ਕਹਿੰਦੇ ਵੀ ਉੰਨੀ ਕਿਤਾਬ ਟੁੱਟੀ ਫੁੱਟੀ ਸਿੱਖੋ ਤੇ ਬਾਹਰ ਜਾਓ। ਜਿਹੜਾ ਇਹ ਟ੍ਰੈਂਡ ਹੈ ਵਿਦਿਆਰਥੀਆਂ 'ਚ ਤਾਂ ਬਹੁਤ ਜ਼ਿਆਦਾ, ਯੂਨੀਵਰਸਿਟੀਆਂ 'ਚ ਆਉਣ ਹੀ ਘੱਟ ਲੱਗ ਗਏ ਬੱਚੇ ਵਰਗੇ, ਜਿਹੜੀ ਆਮ ਗ੍ਰੈਜੂਏਸ਼ਨ ਦਾ ਸਵਾਲ ਹੈ, ਤਾਂ ਉਸ ਕੰਡੀਸ਼ਨ 'ਚ ਜਿਹੜਾ ਪੰਜਾਬੀ ਦਾ ਇੱਕ ਮੁਹਾਂਦਰਾ ਹੈ ਫਿਊਚਰ ਦੇ ਵਿੱਚ ਜਾਂ ਬਾਕੀ ਦੀਆਂ ਚੀਜ਼ਾਂ ਨੇ ਜਿਹੜੀਆਂ, ਕਿਉਂਕਿ ਜੇਕਰ ਰੁਜ਼ਗਾਰ ਉੱਥੇ ਹੀ ਮਿਲਣਾ, ਉਵੇਂ ਹੀ ਜਾ ਕੇ ਆਈਲੈਟਸ ਕਰਕੇ ਸਟੋਰਾਂ ਤੇ ਕੰਮ ਕਰਨਾ, ਕਿਸੇ ਨੇ ਡਰਾਈਵਰ ਬਣਨਾ, ਕਿਸੇ ਨੇ ਕੁਛ ਕਰਨਾ, ਜਿਹੜਾ ਇੱਕ ਸੁਪਨਾ ਹੁੰਦਾ ਹੈ ਸਟੂਡੈਂਟ ਲਾਈਫ 'ਚ ਵੱਡਾ ਬੰਦਾ ਬਣਨ ਦੀ, ਕੁਛ ਵੱਡਾ ਸੋਚਣ ਦੀ, ਤੇ ਜੇ ਉਹ ਸੁਪਨਾ ਕੇਵਲ ਉੱਥੇ ਰਹਿ ਜਾਏ ਦਿਹਾੜੀ ਕਰਨ ਤੱਕ, ਜਿਹੜਾ ਵੀ ਆਪਾਂ ਬੰਦਿਆਂ ਨੇ ਉੱਥੇ ਜਾ ਕੇ ਕਰਨਾ ਤੇ ਖਾਣਾ, ਤਾਂ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਤੁਸੀਂ ਸਟੂਡੈਂਟਸ ਨਾਲ ਵੀ ਡੀਲ ਕਰਦੇ ਹੋ ਜਾਂ ਬਾਕੀਆਂ ਮਾਮਲਿਆਂ ਦੇ ਨਾਲ, ਕਿਉਂਕਿ ਜਿਵੇਂ ਡਾਕਟਰ ਸਰਬਜੀਤ ਨੇ ਕਿਹਾ ਕਿ ਮੁੱਦਾ ਤਾਂ ਪੋਲੀਟੀਕਲ ਹੁੰਦਾ, ਲੈਂਗੁਏਜ ਦਾ ਮੁੱਦਾ ਵੀ ਪੋਲੀਟੀਕਲ ਹੈ, ਫੂਡ ਦਾ ਮੁੱਦਾ ਵੀ ਪੋਲੀਟੀਕਲ ਹੁੰਦਾ, ਮਾਮਲੇ ਤਾਂ ਸਾਰੇ ਪੋਲੀਟੀਕਲ ਨੇ, ਤੇ ਉਹ ਪੋਲੀਟਿਕਸ ਦੇ ਵਿੱਚ ਅੰਗੇਜਮੈਂਟ ਕਰਨਾ ਉਹਦੇ ਨਾਲ ਕਿੰਨਾ ਕੁ ਟਫ ਦਿਖਾਈ ਦੇ ਰਿਹਾ ਇਸ ਮਾਮਲੇ ਦੇ ਵਿੱਚ, ਔਖਾ ਮੁਸ਼ਕਲ ਲੱਗ ਰਿਹਾ ਉਸ ਦੇਖਣ ਨੂੰ ਹੁਣ। ਹਾਂ, ਇੱਕ ਇਹਦੇ 'ਚ ਇਹ ਤਾਂ ਬੜੀ ਮਹੱਤਵਪੂਰਨ ਇੱਕ ਤਬਦੀਲੀ ਜਿਹੜੀ ਦੇਖਣ ਨੂੰ ਮਿਲੀ ਹੈ, ਹਾਲਾਂਕਿ ਸਾਡੇ ਇੱਥੇ ਇਸ ਤਰ੍ਹਾਂ ਦਾ ਪ੍ਰਬੰਧ ਦੇ ਵਿੱਚ ਕੋਈ ਹੈ ਨਹੀਂ ਕਿ ਸਰਵੇ ਹੈ ਜਿਹੜੇ ਸਰਕਾਰੀ ਉਸ ਤਰ੍ਹਾਂ ਕੀਤੇ ਜਾਣ, ਪਰ ਜੇਕਰ ਹੁਣ ਦੇਖਿਆ ਜਾਵੇ ਪਿਛਲੇ 10 ਸਾਲਾਂ 'ਚ 15 ਸਾਲਾਂ 'ਚ ਤਾਂ ਜਿਹੜੀ ਕਾਲਜਾਂ ਅਤੇ ਉੱਚ ਸਿੱਖਿਆ ਦੀ ਖਾਸ ਕਰਕੇ ਜਿਹੜੀ ਇਨਰੋਲਮੈਂਟ ਹੈਗੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਤਬਦੀਲੀ ਆਈ ਹੈ। ਉਹਦੇ ਵਿੱਚ ਜੇ ਇੱਥੋਂ ਇੱਕ ਗੱਲ ਕਹਿਣੀ ਹੋਵੇ ਕਿ ਜਿਹਦੇ ਕੋਲੇ ਪੰਜਾਬ 'ਚ 20 ਲੱਖ ਰੁਪਏ ਦਾ ਜੁਗਾੜ ਹੈ ਜਿਹੜਾ ਉਹ ਨਹੀਂ ਹੁੰਦਾ, ਉਹੀ ਹੁਣ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਹੈ, ਜਿਹਨਾਂ ਕੋਲੇ ਉਹ ਜੁਗਾੜ ਹੋ ਜਾਂਦਾ ਤਾਂ ਉਹ ਹੁਣ ਬਾਹਰ ਜਾਣ ਵਾਲੇ ਪਾਸੇ, ਅਤੇ ਦੂਸਰਾ ਪਲੱਸ ਟੂ ਤੋਂ ਬਾਅਦ ਹੀ। ਇਹਦੇ ਨਾਲ ਕਾਫੀ ਜ਼ਿਆਦਾ ਚੀਜ਼ਾਂ ਬਦਲੀਆਂ ਵੀ ਹੈਗੀਆਂ, ਅਤੇ ਦੂਜਾ ਰੁਜ਼ਗਾਰ ਜਿਹੜੀ ਗੱਲ ਇਹ ਬੜੀ ਤੁਹਾਡੀ ਮਹੱਤਵਪੂਰਨ ਹੈਗੀ ਹੈ ਕਿ ਨਿਰੀ ਭਾਵੁਕਤਾ, ਜੋ ਬੰਦਾ ਇਹ ਸੋਚਦਾ ਹੈਗਾ ਕਿ ਜੇ ਮੈਨੂੰ ਇੱਥੇ ਪੜ੍ਹ ਕੇ ਜੇ ਕੁਛ ਮਿਲਣਾ ਹੀ ਨਹੀਂ ਹੈ ਤਾਂ ਫਿਰ ਮੈਂ ਇੱਦਾਂ ਦੇ ਕੋਰਸ 'ਚ ਜਾਂ ਇਸ ਪੜ੍ਹਾਈ 'ਚ ਕਿਉਂ ਜਾਵਾਂ, ਤਾਂ ਉਹਦੇ ਲਈ ਪੰਜਾਬੀ ਭਾਸ਼ਾ ਦਾ ਜਿਹੜਾ ਮੁੱਦਾ ਹੈਗਾ, ਜਿਵੇਂ ਪੰਜਾਬੀ ਪੰਜਾਬ ਦੇ ਵਿੱਚ PCSIS ਦੇ ਜਿਹੜੇ ਸੈਂਟਰ ਇਮਤਿਹਾਨ ਦੇ ਉਹ ਵੀ ਨਹੀਂ ਹੈਗੇ, ਤਾਂ ਜਿਹੜੇ ਇਹ ਨਾਲ ਆਪਣੇ ਕੋਈ ਸਰਕਾਰੀ ਨੌਕਰੀਆਂ ਦੇ ਇਮਤਿਹਾਨ ਹੈਗੇ ਆ ਉਹ ਪੰਜਾਬੀ 'ਚ ਹੋਣੇ ਚਾਹੀਦੇ ਆ, ਜਾਂ ਹੋਰ ਜਿਹੜੇ ਕੰਮ ਕਾਜ ਆ। ਜਿਵੇਂ ਇੱਕ ਬੜੀ ਚੀਜ਼ ਆਈ ਹੈ ਅੱਜ ਕੱਲ੍ਹ ਸੋਫਟਵੇਅਰ ਇੰਜੀਨੀਅਰਿੰਗ ਜਿਹੜੀ ਹੈਗੀ ਹੈ, ਆਪਾਂ ਸਾਰੇ ਲੋਕ ਇੰਟਰਨੈਟ ਦੇ ਉੱਪਰ ਜਾਂ ਜਿੰਨਾ ਕੰਪਿਊਟਰ ਦਾ ਸਾਰੇ ਹੀ ਖੇਤਰਾਂ ਦੇ ਵਿੱਚ ਵਰਤੋਂ ਹੋ ਰਹੀ ਹੈ, ਤਾਂ ਭਾਸ਼ਾ ਦੀ ਇੰਜੀਨੀਅਰਿੰਗ ਜਿਹੜੀ ਹੈਗੀ ਹੈ ਆਪਣੇ ਆਪ ਦੇ ਵਿੱਚ ਉਹ ਪਹਿਲਕਦਮੀ ਕਰਦਿਆਂ ਹੋਇਆਂ ਪੰਜਾਬ 'ਚ ਵਿਕਸਿਤ ਕੀਤੀ ਜਾ ਸਕਦੀ ਹੈ।
कोई लैब लैबोरेटरी इधर इदा के बहुत सारे नवे खेत्र तलाशने पैणगे तो इदा दी चीजा भी पैदा करनिया पैणगियां। दूजा जिहड़ा हुण मौजूदा समय च जिहड़े विद्यार्थी आए आ जदों आपां इह तर्क करदे आ जिहड़ी लॉबी इह कहिंदी आ कि इह कोर्स च पंजाबी विशा नहीं होना चाहीदा तो सीधा इत्थों दलील लैके आउंदी आ कि इहदा कोई फायदा नहीं है। हुण इह देखण दा अपना अपना एक नजरिया हैगा जे किसी नूं आपां सिख्यार्थी कहने तो किन्ना सिखदा। मेरा मनना तो यह है कि समाज विज्ञान ते लैंग्वेज वालिआं नालों भाषा नालों ज़्यादा जरूरत पंजाबी विषय की जेडे बाकी प्रोफेसनल किता मुखी कोर्स ते विज्ञान दे विषय ने उत्थे इसलिए भी जरूरी ने कि मानसिक सेहत वाले पक्षों उन्हां बच्चों नूं ये एक थैरेपी की तरह पूरी की तरह जिहड़ा ये विशा हैगा ते पंजाबी साहित पढ़ना जां पंजाब दे बारे जानना जो लिटरेचर जिहड़ा साहित दा बोली दा भाषा दा ये ज्ञान इन्हां लोकां नूं देना। जे पंजाबी ने किसी ने डाक्टर बनना तो की वह पंजाबी दा साहित्य जां बोली ना पढ़े जां किसी ने इंजीनियर बनना तो यह सिर्फ एक कोई इहदे च यह तर्कहीन गल है। ये सिर्फ तो सिर्फ एक वो मानसिकता हैगी है कि जिहदे विच आपां कह सकते हैं कि पंजाबी नूं हौला करके देखना हीनता दे विचों देखना तो वह जीवन शैली इन्हां लोकां ने अपनाई हुई है। तो जिहड़ी ज़्यादा दुख की गल हैगी है कि जिन्हां ने कहा सी वाइस चांसलर का सीगा सानू बड़ी उम्मीद सी कि पंजाबी भाषा दे विच माध्यम दे विच पढ़ाई होने वाले पासे तुरांगे पर यह उल्टे रुख जिहड़ी परवाज भरी जा चुकी है तो यह कई चीज़ां दे इशारे करती है। यह हो सकता है नवी सिक्ख्या नीति नूं सीधा लागू ना करके जिहड़ा घुमा के कन्न फड़न वाली गल हैगी है कि उस तो पहले ही एक माहौल तैयार कर लिया जाए यह भी हो सकता है। होना तो यह चाहिए कि जिहड़ी सिक्ख्या यह जे केंद्र दे हत्थां च हैगी है तो जो वह भारत वर्गे बहुत जिहड़े कौमी इत्थे साडे सूबे हैगे ने इन्नियां भाषाई वनगियां हैगियां तो जो एक कड़ी च परोण की पहुँच लैके चलणगे तो इस तरह दीआं चीज़ां उहदे चों पैदा होणगियां भविख दे विच वी। इसलिए पंजाब की सिक्ख्या नीति पंजाब की भाषा नीति पंजाब तो ही तय होवे यह पंजाब दे लई ज़्यादा चंगा उपराला होएगा। हाँ वो सारे सर फैडरलिज्म दे क्वेश्चन ने 75 च एमरजेंसी दौरान इनू कंकरेंट लिस्ट च लिया गया सांझी सूची च पहला स्टेट सब्जेक्ट ही सी कदे शायद बोले नहीं उदो लोग बहुते ज्यादा जदोजहद नहीं की राज्यां दी रहनी सी इसे संविधान तहत भी रहनी सी पर डॉक्टर गुरमुख सिंह जिहड़े साडे सामने हुण नवे चैलेंज भी आ रहे ने मतलब इसे पंजाबी जिवें आर्टिफिशियल इंटैलीजेंस दा दौर है अगले दिनां दे विच जिस लैवल दा उहदा दखल होना है तां भाषावां तों लै के सारियां चीज़ां दे विच इक बड़ी वड्डी फेरबदल दिखाई देऊगा। असी तां अजे तक इह मुढले दौर दे विच गल करदे आं तुसीं इहनूं पढ़ाओ ते उहनां चीज़ां दे चैलेंज नूं मीट करन दे वास्ते उहनां नाल खड़े होण दे वास्ते तां अजे मैनूं लगदा है मुढली तैयारी भी नज़र नहीं आउंदी यूनिवर्सिटियां च कोई इहनां गल्लां ते तैयारी हो रही है किसे ना किसे लैवल दी जां नहीं कि उह जिहड़ा दौर आएगा उहदा इंपैक्ट की पएगा साडे सभ्याचार ते साडी बोली ते साडी भाषा के उत्ते जां सोचण दे नजरिए दे उत्ते ओवरऑल क्योंकि बहुत सारिया यूनिवर्सिटियां का मैनूं पता लग्गा कि बहुत मीटिंगां हो रही ने कि थीसिस दे थीसिस जिहड़े लोग चाके लिखा लिआउणगे चाके बोलना कहना ही है कि मैनूं आह चाहीदा है तो ओरिजिनली जिहड़ा माइंडसैट की एक रचनात्मकता हुंदी है सृजनात्मकता हुंदी है उत्ते भी असर होण जा रिहा आउण वाले दिनां च तो फिर वह दूजा काम तो मैनूं लगदा कि अंग्रेजी होवे फलाना भाषावां दा वह काम भी बड़े हद तक लोड़ी नहीं पैनी उस पद्धर दी तां जिस लैवल दी गल कीती जा रही है। हाँ वधिया तुसीं मुद्दा उठाया पहला तो यह कि भाषावां दी लोड़ रहूगी जां नहीं रहूगी जदों कंप्यूटर ही सारा कुछ करना शुरू कर दूगा तो मैनूं लगदा कि भावें कंप्यूटर करन लग जावे पर भाषावां दी लोड़ ज्यादा हमेशा बनी रहनी है क्योंकि बंदे दी होंद ही भाषा दे उपर खड़ी हुई है जे तुसीं उहदे कोलों भाषा खोलो तां उह कुछ नहीं बचदा हैगा ਜਦੋਂ ਭਾਸ਼ਾ ਉਹਦੇ ਕੋਲ ਆ ਤਾਂ ਉਹ ਕਲਚਰਲ ਬੀਂਗ ਆ ਸੱਭਿਆਚਾਰਕ ਮਨੁੱਖ ਆ ਜਦੋਂ ਕੋਈ ਭਾਸ਼ਾ ਹੈ ਨਹੀਂ ਤੇ ਉਹ ਕੱਲਾ ਖਾਣ ਪੀਣ ਤੇ ਜਿਉਂਦਾ ਤਾਂ ਆਰਥਿਕ ਮਨੁੱਖ ਆ ਤੇ ਜਿਹੜਾ ਆਰਥਿਕ ਮਨੁੱਖ ਹੁੰਦਾ ਉਹ ਖਾਲੀ ਹੁੰਦਾ ਉਹਦੇ ਕੋਲ ਪੈਸਾ ਹੋ ਸਕਦਾ ਸਾਧਨ ਹੋ ਸਕਦੇ ਆ ਪਰ ਉਹ ਅੰਦਰੋਂ ਕਿੰਨਾ ਭਰਪੂਰ ਆ ਕਿੰਨਾ ਸਿਰਜਣਾਤਮਕ ਆ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹ ਬਿਲਕੁਲ ਨਹੀਂ ਹੋਊਗਾ ਇਸ ਕਰਕੇ ਕਿਸੇ ਮਨੁੱਖ ਨੂੰ ਸੱਭਿਆਚਾਰਕ ਮਨੁੱਖ ਬਣੇ ਰਹਿਣ ਲਈ ਉਹਦੇ ਕੋਲ ਭਾਸ਼ਾ ਤੇ ਉਹਦਾ ਕਲਚਰ ਹੋਣਾ ਜ਼ਰੂਰੀ ਆ ਤੇ ਕਲਚਰ ਦਾ ਬਹੁਤ ਵੱਡਾ ਹਿੱਸਾ ਭਾਸ਼ਾ ਦੇ ਵਿੱਚ ਲੁਕਿਆ ਹੁੰਦਾ
ਤਾਂ ਆਪਦੀਆਂ ਜੜ੍ਹਾਂ ਨਾਲ ਜੁੜਦਾ, ਯਾਦਾਂ ਨਾਲ ਜੁੜਦਾ, ਵਿਰਸੇ ਨਾਲ ਜੁੜਦਾ, ਤੇ ਨਾਲ ਦੀ ਨਾਲ ਜਿਹੜੀ ਬੰਦਿਆਈ ਦੀ ਸਭ ਤੋਂ ਅਹਿਮ ਚੀਜ਼ ਆ ਕਿ ਉਹਦਾ ਸੁਹਜਾਤਮਕ ਹੋਣਾ, ਉਹਦਾ ਕਲਾ ਨਾਲ ਜੁੜਿਆ ਹੋਣਾ, ਉਹਦਾ ਰਿਦਮ ਨਾਲ ਜੁੜਿਆ ਹੋਣਾ, ਉਹਦਾ ਸੰਗੀਤ ਨਾਲ ਜੁੜਿਆ ਹੋਣਾ, ਉਹ ਭਾਸ਼ਾ ਕਰਕੇ ਹੀ ਸੰਭਵ ਹੋਊਗਾ। ਤਾਂ ਭਾਸ਼ਾਵਾਂ ਤਾਂ ਕਦੇ ਵੀ ਭਾਸ਼ਾ ਦੀ ਲੋੜ ਜਾਂ ਕਲਾਵਾਂ ਦੀ ਲੋੜ ਜਾਂ ਸੱਭਿਆਚਾਰ ਦੀ ਲੋੜ ਉਹ ਕਦੇ ਵੀ ਖਤਮ ਨਹੀਂ ਹੋਊ। ਹੁਣ ਇਹੋ ਜਿਹੀਆਂ ਉਦਾਹਰਨਾਂ ਵੀ ਵਾਪਸ ਆ ਰਹੀਆਂ ਨੇ ਕਿ ਬੰਦੇ ਵਾਪਸ ਇਕਨੋਮਿਕ ਬੀਂਗ ਤੋਂ ਸੱਭਿਆਚਾਰਕ ਮਨੁੱਖ ਬਣਨ ਨੂੰ ਤੁਰੇ ਹੋਏ ਨੇ, ਤੇ ਉਹਨਾਂ ਨੇ ਜਿਵੇਂ ਮੱਛੀ ਪੱਥਰ ਚੱਟ ਲੈਂਦੀ ਆ ਨਾ, ਪਤਾ ਲੱਗ ਗਿਆ ਵੀ ਉੱਥੇ ਤਾਂ ਕੁਛ ਵੀ ਹੈ ਨਹੀਂ ਗਾ। ਅਸਲ ਦੇ ਵਿੱਚ ਬੰਦੇ ਦੀ ਗਹਿਰਾਈ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਪਈ ਆ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਕਦੇ ਵੀ ਕੋਈ ਵਿਰੋਧ ਕਿਸੇ ਦੂਸਰੀ ਭਾਸ਼ਾ ਨਾਲ ਹੈ ਹੀ ਨਹੀਂ ਗਾ। ਅਸੀਂ ਤਾਂ ਕਹਿ ਰਹੇ ਸਾਡੇ ਬਜ਼ੁਰਗ ਹੀ ਚਾਰ ਚਾਰ ਭਾਸ਼ਾਵਾਂ ਜਾਣਦੇ ਹੁੰਦੇ ਸੀ। ਜਿੰਨੀ ਸੋਹਣੀ ਪੰਜਾਬੀ ਆਉਂਦੀ ਸੀ ਉਨੀ ਸੋਹਣੀ ਅੰਗਰੇਜ਼ੀ ਆਉਂਦੀ ਸੀ, ਉਰਦੂ ਆਉਂਦੀ ਸੀ, ਫਾਰਸੀ ਆਉਂਦੀ ਸੀ। ਹੁਣ ਹਾਲਾਤ ਇਹ ਆ ਕਿ ਨਾ ਪੰਜਾਬੀ ਆਉਂਦੀ ਹੈ, ਨਾ ਅੰਗਰੇਜ਼ੀ ਆਉਂਦੀ ਹੈ, ਨਾ ਕੋਈ ਹੋਰ ਭਾਸ਼ਾ ਆਉਂਦੀ। ਭਾਸ਼ਾ ਜਦੋਂ ਚਲੇ ਗਈ ਤਾਂ ਬੰਦੇ ਦੀ ਜਿਹੜੀ ਕੰਸੈਪਚੁਲਾਈਜ਼ ਕਰਨ ਦੀ ਸੰਕਲਪੀ ਮੁਹਾਰਤ ਆ ਉਹ ਵੀ ਚਲੇ ਗਈ। ਫਿਰ ਉਹ ਰੋਜ਼ਮਰਾ ਦੀ ਗੱਲਬਾਤ ਤੇ ਜਿਉਂਦਾ, ਵਰਤਾਰਿਆਂ ਨੂੰ ਸਮਝਣ ਦੀ ਸਮਰੱਥਾ ਉਹਦੇ ਕੋਲੋਂ ਉੱਕ ਜਾਂਦੀ ਆ। ਜਦੋਂ ਉਹ ਸਮਰੱਥਾ ਉੱਕ ਜਾਂਦੀ ਆ ਤਾਂ ਫਿਰ ਉਹ ਡਿੱਕ ਡੋਲੇ ਖਾਣ ਲੱਗਦਾ, ਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈਗੇ ਕਿ ਪੰਜਾਬ ਦੀ ਪੀੜ੍ਹੀ ਜਿਹੜੀ ਆ ਉਹ ਡਿੱਕ ਡੋਲੇ ਖਾਵੇ, ਉਹ ਸੰਕਲਪੀ ਊਰਜਾ ਤੋਂ ਊਣੀ ਹੋ ਜਾਵੇ, ਉਹ ਭਾਸ਼ਾਈ ਮਹਾਰਤ ਤੋਂ ਊਣੀ ਹੋ ਜਾਵੇ। ਰਹੀ ਗੱਲ ਜਿਹੜੀ ਤੁਸੀਂ ਇਹ ਕਹੀ ਕਿ ਕੀ ਕੁਛ ਤਿਆਰੀਆਂ ਹੋ ਰਹੀਆਂ ਨੇ, ਪੰਜਾਬੀ ਯੂਨੀਵਰਸਿਟੀ ਇਸ ਲਈ ਬਣੀ ਸੀ ਕਿ ਉਹਨੇ ਦੋ ਕੰਮ ਕਰਨੇ ਸੀ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ, ਤੇ ਨਾਲ ਦੀ ਨਾਲ ਮਾਧਿਅਮ ਪਰਿਵਰਤਨ ਕਰਨਾ ਸੀ। ਤਾਂ ਪੰਜਾਬੀ ਭਾਸ਼ਾ ਤੇ ਸਾਹਿਤ ਬਾਰੇ ਤਾਂ ਪੰਜਾਬੀ ਯੂਨੀਵਰਸਿਟੀ ਚ ਹਲੇ ਵੀ ਕਿਸੇ ਵੀ ਹੋਰ ਸੰਸਥਾ ਨਾਲੋਂ ਜ਼ਿਆਦਾ ਕੰਮ ਹੋਇਆ, ਭਰਪੂਰ ਕੰਮ ਹੋਇਆ, ਇਹ ਚ ਕੋਈ ਦੋ ਰਾਮਾ ਨਹੀਂ। ਭਾਵੇਂ ਕਿ ਹੋਰ ਬਹੁਤ ਸਾਰੀ ਚੀਜ਼ਾਂ ਕਰਕੇ ਹੁਣ ਕੰਮ ਉਹ ਮੱਧਮ ਹੋਇਆ ਪਿਆ। ਜਿੱਥੋਂ ਤੱਕ ਮਾਧਿਅਮ ਪਰਿਵਰਤਨ ਦੀ ਗੱਲ ਸੀ, ਉਸ ਪਾਸੇ ਪੰਜਾਬੀ ਯੂਨੀਵਰਸਿਟੀ ਨੇ ਹਲੇ ਗੋੜ ਚੋਂ ਪੂਣੀ ਵੀ ਨਹੀਂ ਕੱਤੀ ਹੈਗੀ। ਹੁਣ ਮਾੜੀ ਜਿਹੀ ਕੋਸ਼ਿਸ਼ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਆ, ਉਹ ਕਿਸ ਤਰ੍ਹਾਂ ਦੀ ਅੱਗੇ ਚੱਲ ਕੇ ਉਹਦੇ ਰਿਜ਼ਲਟ ਆਉਣਗੇ ਉਹ ਹਲੇ ਦੇਖਣਾ। ਤੇ ਦੋਵੇਂ ਪਾਸਿਆਂ ਵੱਲ ਪੰਜਾਬੀ ਯੂਨੀਵਰਸਿਟੀ ਨੂੰ ਬਹੁਤ ਜ਼ੋਰ ਨਾਲ ਕੰਮ ਕਰਨਾ ਪਊਗਾ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਪੇਪਰ ਪੜ੍ਹਾਉਣਾ, ਤੇ ਪਲੱਸ ਮਾਧਿਅਮ ਦੀ ਜਿਹੜੀ ਦੂਸਰੇ ਵਿਸ਼ੇ ਨੇ ਉਹਨਾਂ ਦਾ ਮਾਧਿਅਮ ਪੰਜਾਬੀ ਕਰਨਾ। ਤੇ ਤੀਸਰੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਕਿ ਇਹ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਇਆ ਕਿ ਇਸ ਤਰ੍ਹਾਂ ਦਾ ਵਾਤਾਵਰਣ ਖੜਾ ਕਰਨਾ ਜਿਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਨ, ਸੁਣਨ, ਮਾਨਣ, ਲਿਖਣ, ਉਹਨੂੰ ਹਰ ਵਿਸ਼ੇ ਦਾ ਮਾਧਿਅਮ ਬਣਾਉਣ ਦੇ ਵਿੱਚ ਇੱਕ ਵਾਤਾਵਰਣ ਬਣ ਸਕੇ। ਬਾਕੀ ਸਾਰੇ ਪੰਜਾਬ ਦੇ ਵਿੱਚ ਜਾਂ ਹੋਰ ਜਗ੍ਹਾਵਾਂ 'ਤੇ ਤਾਂ ਇਸ ਤਰ੍ਹਾਂ ਦਾ ਵਾਤਾਵਰਣ ਆ ਕਿ ਬੱਚਾ ਜੇ ਲੈਣਾ ਵੀ ਚਾਹੇ ਤਾਂ ਉਹਦਾ ਜਿਹੜਾ ਚੁਗਿਰਦਾ ਉਹਨੂੰ ਦੱਬ ਦਿੰਦਾ ਕਿ ਨਹੀਂ 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 ਇਹ ਗਲਤ ਗੱਲ ਆ, ਤੂੰ ਅੰਗਰੇਜ਼ੀ ਵੱਲ ਨੂੰ ਜਾ, ਜਿਹੜੀ ਕਿ ਅਸਲ 'ਚ ਉਹਨੂੰ ਆਉਂਦੀ ਨਹੀਂ। ਤੇ ਪੰਜਾਬੀ ਯੂਨੀਵਰਸਿਟੀ ਲਈ ਤਾਂ ਇਸ ਕਰਕੇ ਵੀ ਮਹੱਤਵਪੂਰਨ ਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਆਮ ਹੀ ਕਹਿੰਦੇ ਹਾਂ ਕਿ ਸਾਡੀ ਯੂਨੀਵਰਸਿਟੀ ਜੀ ਗਰੀਬਾਂ ਤੇ ਦਲਿਤਾਂ ਦੇ ਬੱਚਿਆਂ ਨੂੰ ਜ਼ਿਆਦਾ ਸਾਡੇ ਕੋਲ ਆਉਂਦੇ ਨੇ, ਅਮੀਰਾਂ ਦੇ ਬੱਚਿਆਂ ਦੀ ਬਜਾਏ ਮਾਲਵੇ ਦੀ ਉਹ ਹਿੱਸਾ ਆਉਂਦਾ। ਤੇ ਜੇ ਸਾਡੇ ਕੋਲ ਇਸ ਤਰ੍ਹਾਂ ਦੇ ਬੱਚੇ ਆਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਉਹ ਪੰਜਾਬੀ ਸਕੂਲਾਂ 'ਚੋਂ ਪੜ੍ਹ ਕੇ ਆਏ ਨੇ, ਤੇ ਸਾਡੇ ਕੋਲ ਕੋਈ ਥਾਂ ਨਹੀਂ ਹੈਗੀ ਉਹਨਾਂ ਨੂੰ ਮਾਣ ਮੱਤੀ ਆਪਦੀ ਭਾਸ਼ਾ 'ਚ ਕੰਮ ਕਰਨ ਦੀ। ਅਸੀਂ ਉਹਨਾਂ ਨੂੰ ਕਹਿੰਦੇ ਕਿ ਨਹੀਂ ਨਹੀਂ ਜੀ ਆਓ, ਅਸੀਂ ਜਾਣੀ ਅਦਿਸ ਦਾ ਢਾਂਚਾ ਬਣਾ ਦਿੰਦੇ ਹਾਂ, ਟੀਚਰ ਦੇ ਰੂਪ ਦੇ ਵਿੱਚ, ਸਿਲੇਬਸ ਦੇ ਰੂਪ ਦੇ ਵਿੱਚ, ਜਿਹੜੀਆਂ ਇੰਸਟਰਕਸ਼ਨਸ ਨੇ ਉਹਨਾਂ ਦੇ ਰੂਪ ਦੇ ਵਿੱਚ, ਕਿ ਉਹ ਬੋਲ ਹੀ ਨਹੀਂ ਪਾਉਂਦਾ ਹੈਗਾ ਕਿ ਉਸਨੇ ਪੰਜਾਬੀ ਦੇ ਵਿੱਚ ਪੜ੍ਹਨਾ। ਤੇ ਪੰਜਾਬੀ ਦੇ ਵਿੱਚ ਪੜ੍ਹਨ ਦਾ ਮਤਲਬ ਇਹ ਨਹੀਂ ਹੈਗਾ ਕਿ ਅੰਗਰੇਜ਼ੀ ਦੇ ਵਿੱਚ ਉਹਦੀ ਮਹਾਰਤ ਨਹੀਂ ਹੋਊਗੀ ਜਾਂ ਅੰਗਰੇਜ਼ੀ ਦੇ ਵਿੱਚ ਉਹ ਬੋਲ ਨਹੀਂ ਸਕੂਗਾ ਜਾਂ ਅੰਗਰੇਜ਼ੀ ਦੇ ਵਿੱਚ ਉਹ ਕੰਮ ਨਹੀਂ ਕਰ ਸਕੂਗਾ। ਜਿਹੜਾ ਕਿ ਵਿਰੋਧ ਖੜ ਲਿਆ ਕਰ ਲਿਆ ਜਾਂਦਾ ਕਿ ਜੀ ਜੇ ਤੁਸੀਂ ਅੰਗਰੇਜ਼ੀ ਮਾਧਿਅਮ ਦੇ ਵਿੱਚ ਪੜ੍ਹੇ ਹੋ, ਪੰਜਾਬੀ ਮਾਧਿਅਮ 'ਚ ਪੜ੍ਹੇ ਹੋ, ਤੁਹਾਨੂੰ ਰੁਜ਼ਗਾਰ ਨਹੀਂ ਮਿਲੂਗਾ। ਇਹ ਇਤਿਹਾਸ ਗਵਾਹ ਕਿ ਜਿਹਨੇ ਆਪਦੀ ਭਾਸ਼ਾ ਦੇ ਵਿੱਚ ਸਾਇੰਸ ਪੜ੍ਹੀ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਵੀ ਆਉਂਦੀ ਸੀ ਸਾਇੰਸ। ਸੋ ਇਹਨਾਂ ਚੀਜ਼ਾਂ ਨੂੰ ਇੱਕ ਦੂਜੇ ਵਿੱਚ ਖਲਤ ਮਲਤ ਨਹੀਂ ਕਰਨਾ ਚਾਹੀਦਾ ਤੇ ਇਸ ਪਾਸੇ ਸਾਨੂੰ ਕੰਮ ਕਰਨਾ ਚਾਹੀਦਾ ਜੀ। ਅਮਨ ਦਾ ਅਲੱਗ ਅਲੱਗ ਡਿਸਕਨੈਕਟ ਹੋ ਗਿਆ, ਟਾਈਮ ਵੀ ਆਪਣਾ ਕਾਫੀ ਹੋ ਗਿਆ ਲਗਭਗ ਡਿਸਕਸ। ਡਾਕਟਰ ਸਰ ਜੀ ਤੇ ਲਾਸਟ ਤੁਸੀਂ ਕੋਈ ਇਹਦੇ ਤੇ ਕਮੈਂਟ, ਇੱਕ ਜਿਹੜਾ ਪ੍ਰਪੋਜ਼ਲ ਆਉਂਦੀ ਹੈ ਕਈ ਵਾਰ ਕਿ ਕਿੱਥੇ ਪੜ੍ਹਾਈ ਜਾਣੀ ਚਾਹੀਦੀ ਹੈ ਭਾਸ਼ਾ, ਕਿੱਥੇ ਨਹੀਂ, ਯੂਨੀਵਰਸਿਟੀਆਂ ਦਾ ਇੱਕ ਕੋਲੈਕਟਿਵ ਵੀ ਕੋਈ ਪਲੇਟਫਾਰਮ ਹੋਣਾ ਚਾਹੀਦਾ ਜਿਹੜੀਆਂ ਪੰਜਾਬ ਦੀਆਂ ਘੱਟੋ ਘੱਟ ਮੇਜਰ ਯੂਨੀਵਰਸਿਟੀਆਂ ਨੇ, ਤੇ ਕੀ ਤੁਸੀਂ ਇਹਨੂੰ ਦੇਖਦੇ ਹੋ ਇਸ ਸਾਰੇ ਮਾਮਲੇ ਨੂੰ? ਹਮੀਰ ਜੀ ਇੱਕ ਮਿੰਟ, ਡਾਕਟਰ ਸਰਬਜੀਤ ਬੋਲਣ। ਇਹ ਮੁੱਦਾ ਵੀ ਵਿੱਚ ਆਉਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਮੁੱਦਾ ਵਿਖਰੇ ਰੂਪ ਦੇ ਵਿੱਚ ਤਾਂ ਸੰਬੋਧਿਤ ਹੁੰਦਾ ਰਹਿੰਦਾ, ਪਰ ਇਹਦੇ ਬਾਰੇ ਸੰਗਠਿਤ ਗੱਲਬਾਤ ਨਹੀਂ ਹੁੰਦੀ, ਤੇ ਉਹਦਾ ਜਿਹੜਾ ਪਹਿਲ ਆ ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਆ।
ਪੰਜਾਬ ਦੀਆਂ ਜਿੰਨੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਹਨਾਂ ਵਿੱਚੋਂ ਇੱਕ ਅੱਧੀ ਨੂੰ ਛੱਡ ਕੇ ਕਿਸੇ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ? ਮਤਲਬ ਇਹ ਕਿਵੇਂ ਹੋ ਗਿਆ ਕਿ ਕੋਈ ਯੂਨੀਵਰਸਿਟੀ ਪੰਜਾਬ ਦੇ ਵਿੱਚ ਬਣੀ ਹੋਈ ਆ ਤੇ ਉਹ ਪੰਜਾਬੀ ਨੂੰ ਮਤਲਬ ਨਾਂ ਲਈ ਵੀ ਪੜ੍ਹਾਉਣ ਨੂੰ ਤਿਆਰ ਨਹੀਂ ਹੈਗੀ? ਰਾਜਭਾਸ਼ਾ ਐਕਟ ਵੀ ਬਣਿਆ ਹੋਇਆ ਤੇ ਬਾਕੀ ਸਾਰੀਆਂ ਚੀਜ਼ਾਂ ਨੇ ਕਿਹਾ ਸਾਰਾ ਕੁਝ ਬਣਿਆ ਹੋਇਆ ਤੇ ਉਹ ਮਤਲਬ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਤੇ ਇਸ ਕਰਕੇ ਉਹ ਆਪਦੀ ਮਨਮਰਜ਼ੀ ਕਰੀ ਜਾਂਦੇ ਨੇ। ਸੋ ਇਸ ਮਸਲੇ ਨੂੰ ਮਤਲਬ ਮੈਂ ਪੰਜਾਬ ਰਾਜਭਾਸ਼ਾ ਐਕਟ ਪੜ੍ਹ ਰਿਹਾ ਸੀ ਉਹਦੇ ਵਿੱਚ ਇੱਕ ਪੂਰੀ ਦੀ ਪੂਰੀ ਕਮੇਟੀ ਦਾ ਬਣਨ ਦਾ ਵਿਧਾਨ ਦੱਸਿਆ ਹੋਇਆ ਕਿ ਉਹ ਡਿਸਟ੍ਰਿਕਟ ਲੈਵਲ ਤੇ ਵੀ ਤੇ ਕੇਂਦਰੀ ਲੈਵਲ ਤੇ ਵੀ ਜਿਹੜੀ ਦੇਖੂਗੀ ਕਿ ਪੰਜਾਬੀ ਕਿੰਨੀ ਲਾਗੂ ਹੋ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਕਦੇ ਉਹ ਕਮੇਟੀ ਦਾ ਕਦੇ ਗਠਨ ਹੋਇਆ ਹੋਵੇ ਜਾਂ ਉਹਨੇ ਕੋਈ ਕੰਮ ਕੀਤਾ ਹੋਵੇ। ਸੋ ਇਸ ਪੱਖ ਤੋਂ ਸਰਕਾਰ ਨੂੰ ਵੀ ਬਹੁਤ ਧਿਆਨ ਦੇਣ ਦੀ ਜਿਹੜੀ ਲੋੜ ਆ, ਖਾਸ ਤੌਰ ਤੇ ਆਪ ਸਰਕਾਰ ਜਿਹੜੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਲਈ ਬਹੁਤ ਸੁਹਿਰਦ ਆ। ਜੀ ਡਾਕਟਰ ਸਾਹਿਬ ਜੀ। ਹਾਂਜੀ ਅਮੀਰ ਸਿੰਘ, ਮੈਂ ਨਾ ਇੱਕ ਗੱਲ ਬਹੁਤ ਸਪਸ਼ਟ ਕਰਨੀ ਚਾਹੁੰਦਾ ਕਿ ਜਦੋਂ ਨਾ ਭਾਸ਼ਾ ਨੂੰ ਪੜ੍ਹਨ ਤੇ ਪੜ੍ਹਾਉਣ ਦਾ ਮਸਲਾ ਆਉਂਦਾ ਤਾਂ ਇਹ ਗੱਲ ਇੰਨੀ ਵਿਗਾੜ ਕੇ ਪੇਸ਼ ਕੀਤੀ ਜਾਂਦੀ ਹੈ ਕਿ ਜੀ ਪੰਜਾਬੀ 'ਚ ਪੜ੍ਹਿਆ ਜਿਹੜਾ ਫਿਰ ਉਹਨੂੰ ਅੰਗਰੇਜ਼ੀ ਨਹੀਂ ਆਊਗੀ, ਅੰਗਰੇਜ਼ੀ ਨਹੀਂ ਆਊਗੀ, ਉਹਨੇ ਪੰਜਾਬ 'ਚ ਤਾਂ ਰਹਿਣਾ ਨਹੀਂ, ਉਹ ਦੁਨੀਆਂ ਨਾਲ ਕਿਵੇਂ ਜੁੜੂਗਾ, ਇਸ ਤਰ੍ਹਾਂ ਦੀਆਂ ਬੜੇ ਸਾਰੀਆਂ ਗੱਲਾਂ ਨੇ ਤੁਸੀਂ ਵੀ ਕੀਤੀਆਂ। ਮੈਂ ਬਹੁਤ ਸਪਸ਼ਟ ਰੂਪ 'ਚ ਕਹਿਣਾ ਕਿ ਨਾ ਸਾਡੇ ਸਕੂਲਾਂ ਵਿੱਚ, ਨਾ ਕਾਲਜਿਸ ਦੇ ਵਿੱਚ, ਨਾ ਯੂਨੀਵਰਸਿਟੀ ਦੇ ਵਿੱਚ ਭਾਸ਼ਾ ਨੂੰ ਭਾਸ਼ਾ ਦੇ ਤੌਰ 'ਤੇ ਪੜ੍ਹਾਉਣ ਦਾ ਕਿਧਰੇ ਕੋਈ ਪ੍ਰਬੰਧ ਨਹੀਂ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ 10ਵੀਂ ਤੱਕ ਹੀ ਅੰਗਰੇਜ਼ੀ ਨੂੰ ਲੈਂਗੁਏਜ ਦੇ ਤੌਰ 'ਤੇ ਪੜ੍ਹਾਇਆ ਜਾਵੇ ਤਾਂ ਹਰ ਬੱਚਾ ਪੰਜਾਬ ਦਾ 10ਵੀਂ ਤੱਕ ਅੰਗਰੇਜ਼ੀ ਬੋਲ ਸਕੇਗਾ, ਪੜ੍ਹ ਸਕੇਗਾ, ਲਿਖ ਸਕੇਗਾ। ਅਸੀਂ ਅੰਗਰੇਜ਼ੀ ਨਹੀਂ ਪੜ੍ਹਾਉਂਦੇ, ਲੈਂਗੁਏਜ ਨੂੰ ਨਹੀਂ ਪੜ੍ਹਾਉਂਦੇ। ਅਸੀਂ ਤੁਸੀਂ ਵੀ ਪੜ੍ਹੇ ਹੋ, ਬੀਏ 'ਚ ਚੱਕ ਲਓ, ਮੇਅਰ ਆਫ ਕੈਸਟਰਬ੍ਰਿਜ ਲਾਇਆ ਪਿਆ ਉਹਨੂੰ ਟੋਮਸ ਹਾਰਡੀ ਦੇ ਨਾਵਲ ਤੋਂ ਉਹਨੇ ਕੀ ਲੈਣਾ, ਉਹਨੂੰ ਅੰਗਰੇਜ਼ੀ 'ਚ ਤਾਂ ਵਾਕ ਨਹੀਂ ਪੜ੍ਹਾਉਣਾ ਆਉਂਦਾ, ਲੈਂਗੁਏਜ ਨਹੀਂ ਆਉਂਦੀ ਉਹਨੂੰ। ਅਸੀਂ ਲਿਟਰੇਚਰ ਰਾਹੀਂ ਭਾਸ਼ਾ ਸਿਖਾ ਰਹੇ ਹਾਂ, ਲਿਟਰੇਚਰ ਰਾਹੀਂ ਭਾਸ਼ਾ ਕਦੇ ਵੀ ਸਿੱਖੀ ਜਾਂਦੀ, ਸਾਰੀ ਉਮਰ ਲੱਗੇ ਰਹੋ। ਭਾਸ਼ਾ ਨੇ ਗ੍ਰੈਮਰ ਮੁਤਾਬਕ ਆਉਣਾ, ਇਸ ਕਰਕੇ ਜਦੋਂ ਤੱਕ ਸਾਡੀਆਂ ਯੂਨੀਵਰਸਿਟੀਆਂ, ਜਦੋਂ ਤੱਕ ਸਾਡੀ ਐਜੂਕੇਸ਼ਨ ਪਾਲਿਸੀ ਇਸ ਕਿਸਮ ਦੀ ਨਹੀਂ ਬਣਦੀ ਕਿ ਲੈਂਗੁਏਜ ਨੂੰ ਇੱਕ ਸਬਜੈਕਟ ਦੇ ਤੌਰ 'ਤੇ ਕਿਵੇਂ ਪੜ੍ਹਾਉਣਾ ਅਤੇ ਲੈਂਗੁਏਜ ਨੂੰ ਲੈਂਗੁਏਜ ਦੇ ਰੂਪ 'ਚ ਕਦੋਂ ਕਿਵੇਂ ਪੜ੍ਹਾਉਣਾ, ਉਦੋਂ ਤੱਕ ਇਹ ਮਸਲਾ ਹੱਲ ਬਿਲਕੁਲ ਨਹੀਂ ਹੋਣਾ। ਜਿਹੜਾ ਜਿਸ ਸਿਨੈਰੀਓ ਦੀ ਗੱਲ ਦੇ ਉੱਤੇ ਤੁਸੀਂ ਕਿਹਾ ਵੀ ਆਖਰੀ ਕਮੈਂਟ ਕਰਨਾ, ਉਹਦੇ 'ਤੇ ਮੈਂ ਇਹ ਗੱਲ ਕਮੈਂਟ ਕਰਨਾ ਇੰਨਾ ਹੀ ਕਰਨਾ ਕਿ 90s ਤੋਂ ਬਾਅਦ ਦੀ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਪ੍ਰਾਈਵੇਟ ਸੈਕਟਰ ਨੂੰ ਹਲਾਰਾ ਦਿੰਦੀਆਂ ਨੇ ਅਤੇ ਪਬਲਿਕ ਸੈਕਟਰ ਨੂੰ ਜਿਨ੍ਹਾਂ ਨੇ ਸੰਘੋੜ ਕੇ ਰੱਖ ਦਿੱਤਾ, ਚਾਹੇ ਉਹ ਭਾਸ਼ਾ ਦਾ ਮਸਲਾ, ਚਾਹੇ ਕਲਚਰ ਦਾ ਮਸਲਾ, ਜਾਂ ਆਮ ਲੋਕ ਸਹੂਲਤਾਂ ਦਾ ਮਸਲਾ, ਉਸਨੂੰ ਪਬਲਿਕ ਸੈਕਟਰ ਨੇ ਬਚਾਉਣਾ ਸੀ। ਪ੍ਰਾਈਵੇਟ ਸੈਕਟਰ ਨੇ ਦੁਕਾਨਦਾਰੀ ਪੈਦਾ ਕੀਤੀ ਆ। ਜਿਸ ਵੱਲ ਡਾਕਟਰ ਗੁਰਮੁਖ ਸੰਕੇਤ ਕਰ ਰਹੇ ਸੀ ਕਿ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਕਿੰਨਾ ਕੁ ਪੜ੍ਹਾਇਆ ਜਾਂਦਾ, ਕੀ ਆ ਕੀ ਨਹੀਂ, ਉਹ ਬਿਲਕੁਲ ਪ੍ਰਾਈਵੇਟ ਸੈਕਟਰ ਦਾ ਹਿੱਸਾ, ਉਹ ਆਪਣੀ ਮਰਜ਼ੀ ਨਾਲ ਪੜ੍ਹਾਉਣਗੀਆਂ, ਮਰਜ਼ੀ ਨਾਲ ਉਹ ਕਰਨਗੀਆਂ। ਨਹੀਂ ਵੀ ਪੜ੍ਹਾਉਣਾ ਉਹਨਾਂ ਨੇ, ਨਹੀਂ ਪੜ੍ਹਾਉਣਾ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਇਸ ਕਰਕੇ ਨਹੀਂ ਕਿ ਐਕਟ ਬਣਿਆ ਹੋਇਆ, ਪਰ ਐਕਟ ਦੇ ਬਾਵਜੂਦ ਉਹ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਯੂਨੀਵਰਸਿਟੀਆਂ ਦੇ ਨਾਂ 'ਤੇ, ਉਹਨਾਂ ਵਿੱਚ ਪੋਲੀਟੀਸ਼ੀਅਨ ਦੀ ਭਾਗੀਦਾਰੀ ਆ, ਉਹਨਾਂ ਦੇ ਹਿੱਸੇ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਗੱਲ ਨੂੰ ਕਿੰਨਾ ਮਰਜ਼ੀ ਖੋਲੋ ਨਾਲ ਖੋਲੋ, ਕੋਈ ਯੂਨੀਵਰਸਿਟੀ ਖੋਲੋ ਉਹਦੇ ਵਿੱਚ ਜੇ ਪੋਲੀਟੀਸ਼ੀਅਨ ਦੀ ਪਾਰਟੀਸਪੇਸ਼ਨ ਨਾ ਹੋਈ ਤਾਂ ਮੇਰਾ ਨਾਮ ਬਦਲ ਦੇ, ਜਾਂ ਬਹੁਤ ਵੱਡੇ ਬਿਜ਼ਨਸਮੈਨ ਦੀ ਹੋ ਜਿਹਦਾ ਅੱਗੇ ਪੋਲੀਟੀਸ਼ੀਅਨ ਹੋ। ਸੋ ਇਸ ਕਰਕੇ ਇਹ ਸਿਸਟਮ 90s ਤੋਂ ਬਾਅਦ ਜਿਹੜਾ ਹੋਣ ਲੱਗਿਆ ਉਹਦੇ ਵਿੱਚੋਂ ਇਹ ਵਿਕਾਰ ਪੈਦਾ ਹੋਣੇ ਹੀ ਹੋਣੇ ਆ। ਸਾਡੀ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆ, ਉਹ ਵੀ ਕਾਰਪੋਰੇਟ ਸੈਕਟਰ ਨੂੰ ਤੇ ਪ੍ਰਾਈਵੇਟ ਸੈਕਟਰ ਨੂੰ ਧਿਆਨ 'ਚ ਰੱਖ ਕੇ ਬਣਾਈ ਜਾ ਰਹੀ ਆ। ਇਸ ਕਰਕੇ ਬੇਸਿਕ ਲੈਵਲ ਦੇ ਉੱਤੇ ਵੀ ਐਜੂਕੇਸ਼ਨ ਬਦਲੀ ਜਾ ਰਹੀ ਆ, ਉੱਥੇ ਵੀ ਮਲਟੀ ਟਾਸਕਿੰਗ ਵਰਕਰ ਤਿਆਰ ਕੀਤਾ ਜਾਂਦਾ, ਕੀਤੇ ਜਾਣ ਦਾ ਪ੍ਰਬੰਧ ਕੀਤਾ ਗਿਆ, ਹਾਇਰ ਐਜੂਕੇਸ਼ਨ 'ਚ ਵੀ ਆ, ਔਰ ਉਸ ਤੋਂ ਅੱਗੇ ਹੋਰ ਤਰ੍ਹਾਂ ਦਾ ਹੈ। ਸੋ ਇਹ ਸਾਰੇ ਸਿਸਟਮ ਨੂੰ ਦੇਖਣਾ ਪਏਗਾ, ਇਹਨੂੰ ਅਕਹਿਰੇ ਰੂਪ 'ਚ ਨਹੀਂ ਦੇਖਣਾ। ਮੇਰਾ ਕਮੈਂਟ ਇੰਨਾ ਕੀ ਸੀ। ਬਿਲਕੁਲ ਜੀ, ਟਾਈਮ ਹੁਣ ਹੋ ਰਿਹਾ ਇਜਾਜ਼ਤ ਨਹੀਂ ਦਿੰਦਾ। ਜਿਹੜੀ ਵੀ ਚੀਜ਼ ਨੂੰ ਵਪਾਰ ਬਣਾ ਦਿਓ ਤਾਂ ਵਪਾਰੀ ਤਾਂ ਹਰ ਜਗ੍ਹਾ ਹੀ ਜਾਂਦਾ ਕਿਤੇ ਨਾ ਕਿਤੇ। ਪ੍ਰਾਈਵੇਟ ਸੰਸਥਾਵਾਂ ਪਹਿਲੇ ਸਮਿਆਂ 'ਚ ਵੀ ਸੀਗੀਆਂ, ਇਕੱਲਾ ਪ੍ਰਾਈਵੇਟ ਨਹੀਂ, ਪਰ ਉਦੋਂ ਵਿੱਦਿਆ ਵਪਾਰ ਨਹੀਂ ਸੀ, ਉਹ ਸ਼ਾਇਦ ਮਿਸ਼ਨਰੀ ਟਾਈਪ ਦੀਆਂ ਸੰਸਥਾਵਾਂ ਸੀ ਪੁਰਾਣੀਆਂ, ਚਾਹੇ ਉਹ ਖਾਲਸਾ ਸਕੂਲ ਹੋਣ, DAV ਹੋਵੇ। ਬਾਕੀ ਜਦੋਂ 91 ਤੋਂ ਬਾਅਦ ਇਹਨੂੰ ਕਮਰਸ 'ਚ ਤੁਸੀਂ ਕਹਿੰਦਾ ਜਿੰਨਾ ਮਰਜ਼ੀ ਪ੍ਰੋਫਿਟ ਕਮਾਓ ਇਹਦੇ ਤੋਂ,
ਤਾਂ ਆਟੋਮੈਟਿਕਲੀ ਉਹ ਸਾਈਡ ਉਧਰ ਨੂੰ ਜਾਣੀ ਹੈ, ਲੌਜੀਕਲ ਲਾਈਨ ਬਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਸ ਪਾਲਿਸੀ ਦੇ ਕੁਐਸਚਨ ਨੇ, ਭਾਸ਼ਾ ਦੇ ਸਵਾਲ ਸਾਰੇ ਉਹਦੇ ਨਾਲ ਜੁੜੇ ਨੇ, ਸਾਰੇ ਪੋਲੀਟੀਕਲ ਕੁਐਸਚਨ ਨੇ, ਇਹਨਾਂ ਨੂੰ ਕਿਵੇਂ ਐਡਰੈਸ ਕਰਨਾ ਹੈ। ਤੇ ਇਹਦੇ ਚ ਸੰਵਾਦ ਬਹੁਤ ਜ਼ਰੂਰੀ ਹੈ, ਲਗਾਤਾਰ ਕੰਟੀਨਿਊ ਸੰਵਾਦ ਦੀ ਲੋੜ ਹੈ, ਕਿਉਂਕਿ ਜਿਹੋ ਜਿਹਾ ਨੈਰੇਟਿਵ ਸਿਰਜਿਆ ਜਾਏਗਾ ਸੁਸਾਇਟੀ ਚ, ਉਹੀ ਜਿਹੀਆਂ ਪਾਲਿਸੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਜੇ ਨੈਰੇਟਿਵ ਦੂਜਾ ਸਿਰਜਿਆ ਜਾਂਦਾ ਤਾਂ ਆਟੋਮੈਟਿਕਲੀ ਲੋਕ ਉਹਨੂੰ ਫਾਲੋ ਕਰਨ ਲੱਗ ਜਾਂਦੇ ਨੇ। ਅੱਜ ਲਈ ਅਜੇ ਫਿਰ ਇਹੋ ਜਿਹੇ ਇਹ ਮੁੱਦੇ ਤੇ ਲਗਾਤਾਰ ਆਪਾਂ ਜਾਰੀ ਰੱਖਾਂਗੇ, ਵੱਖ ਵੱਖ ਦਿਨਾਂ ਦੇ ਵਿੱਚ ਸ਼ੋਅ ਗੱਲ ਕਰਦੇ ਰਿਹਾ ਕਰਾਂਗੇ। ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।